صلوات اللهم صل على ਘੰਟਾ ਪਹਿਲਾਂ ਹੀ ਮੈਂ ਕੋਸ਼ਿਸ਼ ਕਰੇ ਸਾਂ ਠੀਕ ਸਲਵਾਤ ਪੜ੍ਹੋ ਮਿਲ ਕੇ ਆਲੇ ਮੋਹਨ ਮੇਰਾ ਖਿਆਲ ਹੈ ਅੱਜ ਜੁਮੇਰਾਤ ਦਾ ਦਿਹਾੜਾ ਨਹੀਂ ਜੁਮੇਰਾਤ ਅਤੇ ਦਰੂਦ ਸ਼ਰੀਫ ਦਾ ਆਪਸ ਵਿੱਚ ਚੰਗਾ ਜੋੜ ਏ ਇਬਾਦਤ ਸਮਝਦਿਆਂ ਹੋਇਆਂ ਸਲਵਾਤ ਸਾਰੇ ਸਾਹਿਬਾਨ ਪੜ੍ਹੋ ਮਿੰਬਰ ਪਾਕ ਅਤੇ ਫੁੱਲ ਵੇਖ ਕੇ ਖੁਤਬਾ ਬਾਅਦ ਵਿੱਚ ਪੜ੍ਹਸਾਂ ਮੈਨੂੰ ਬੁਖਾਰੀ ਸ਼ਰੀਫ ਦੀ ਇੱਕ ਰਿਵਾਇਤ ਯਾਦ ਆ ਗਈ ਹੈ ਭਾਈ ਖੁਦਾਮ ਮੱਖੀ ਦੀ ਮੱਖੀ 'ਤੇ ਸਵਾਲ ਕੀਤਾ ਗਿਆ ਕਾਇਨਾਤ 'ਚ ਅਗਰ ਕਿਸੇ ਮਿੱਠੀ ਸ਼ੈ ਨਾਲ ਮਿਸਾਲ ਦੇਣੀ ਹੈ ਤਾਂ ਮੱਖੀ ਨਾਲ ਦਿੱਤੀ ਰਹਿੰਦੀ ਹੈ ਏਡਾ ਮਿੱਠਾ ਮਾਖੀ ਤੂੰ ਬਣਾ ਕਿਵੇਂ ਲੈਨੀ ਮੱਖੀ ਜਵਾਬ ਦਿੰਦੀ ਹੈ ਫੁੱਲਾਂ 'ਤੇ ਬਾਨੀ ਆ ਸਾਇਲਾ ਦਾ ਹਰ ਫੁੱਲ ਮਿੱਠਾ ਤਾਂ ਹੁੰਦਾ ਨਹੀਂ ਇਹ ਮੋਤੀਆ ਏਡਾ ਡਾ ਕੌੜਾ ਹੈ ਗੁਲਾਬ ਇਸ ਤੂੰ ਕੌੜਾ ਹੈ ਗੁਲੇ ਕਲਗਾ ਗੁਲੇ ਕੈਂਡਾ ਗੈਂਡਾ ਹੈ ਸਾਰੇ ਕੌੜੇ ਫੁੱਲ ਨੇ ਸਾਇਲਾ ਦਾ ਫੁੱਲ ਤਾਂ ਹੁੰਦੇ ਨੇ ਕੌੜੇ ਮੱਖੀ ਆਦਿ ਇਹ ਕੌੜੇ ਹੁੰਦੇ ਉਸੇ ਜਦੋਂ ਫੁੱਲਾਂ ਤੋਂ ਉੱਡਦੀਆਂ ਆਪਣੇ ਛੱਤੇ 'ਤੇ ਘਰ ਦੇ ਰਾਨੀ ਹਾਂ ਦਰਮਿਆਨੀ ਰਸਤੇ 'ਚ ਮੈਂ ਮੁਹੰਮਦ ਓ ਆਲੇ ਮੁਹੰਮਦ 'ਤੇ ਦਰੂਦ ਪੜ੍ਹਦੀ ਹਾਂ ਜਿਸ ਦੀ ਵਜ੍ਹਾ ਤੂੰ ਅੱਲਾ ਕੌੜੀ ਸ਼ੈ ਨੂੰ ਮਿੱਠਿਆਂ ਬਣਾ ਛੁੜੇਂਦੇ ਆ ਜਿਹੜੇ ਪਿੱਛੂ ਪਿੱਛੂ ਬੈਠੇ ਹੋ ਅਤੇ ਸ਼ਾਇਦ ਤੁਹਾਡੇ ਤਾਈਂ ਮੈਂ ਆਪਣੀ ਗੱਲ ਕਮਾ ਹੱਕਾ ਉਹ ਨਹੀਂ ਪਹੁੰਚਾ ਸਕਿਆ ਸ਼ੀਆ ਮਿਆਣੀ ਤੂੰ ਥੋੜ੍ਹਾ ਜਿਹਾ ਬਹਿਰ ਨਿਕਲ ਕੇ ਸੱਜੇ ਖੱਬੇ ਨਿਕਲ ਵਨ ਜਿਹੜੇ ਪਾਸੇ ਤੇਰਾ ਦਿਲ ਕਰੇ ਨਿਸ਼ਤਰ ਤੂੰ ਪਰਾਂ ਵਗ ਵਨ ਸੱਜੇ ਆ ਵਨ ਇਹਨਾਂ ਤੂੰ ਪੁੱਛੋ ਕਿ ਜਿਹਦੀ ਨਮਾਜ਼ ਕਬੂਲ ਉਹਦੀ ਹੱਜ ਕਬੂਲ ਜਿਹਦੀ ਨਮਾਜ਼ ਕਬੂਲ ਉਹਦੀ ਹਜਾਮਤ ਕਬੂਲ ਜਿਹਦੀ ਨਮਾਜ਼ ਕਬੂਲ ਉਹਦੀ ਸਖਾਵਤ ਕਬੂਲ ਅਤੇ ਸਾਨੂੰ ਤਾਂ ਉਹ ਦਰੂਦ ਪਹਿਲੂ ਦੱਸੋ ਤੁਹਾਡਾ ਦਰੂਦ ਹੈ ਕਿ ਉਹਨਾਂ ਆਖਣਾ ਸਾਡਾ ਦਰੂਦ ਅੱਲਾਹੁਮਾ ਸੱਲੇ ਅਲਾ ਮੁਹੰਮਦ ਅਲਾ ਆਲੇ ਹੀ ਵਾ ਸਹਾਬੇ ਹੀ ਵਾ ਅਜ਼ਵਾਜ ਹੀ ਵਾ ਜ਼ੁਰੀਅਤ ਹੀ ਜ਼ੇਨ 'ਚ ਗੱਲ ਰਹੇ ਹੁਣ ਉਹਨਾਂ ਨੂੰ ਆਖੋ ਮੋਮਿਨ ਦੀ ਮਿਰਾਜ ਨਮਾਜ਼ ਏ ਅਵਲੀ ਪੁਰਸ਼ਿਸ ਬਵਦ ਨਮਾਜ਼ ਏ ਦੀਨ ਦਾ ਯੁੱਗ ਨਮਾਜ਼ ਏ ਸਾਨੂੰ ਉਹ ਦਰੂਦ ਸੁਣਾਓ ਜਿਹੜਾ ਤੁਸੀਂ ਤਰਾਵੀਆਂ 'ਚ ਨਮਾਜ਼ 'ਚ ਪੜ੍ਹਦੇ ਹੋ ਉਹਨਾਂ ਆਖਣਾ ਉਹ ਤਾਂ ਅਸੀਂ ਪੜ੍ਹਦੇ ਹਾਂ ਅੱਲਾਹੁਮਾ ਸੱਲੇ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦਿਨ ਹੁਣ ਉਹਨਾਂ ਨੂੰ ਆਖੋ ਅਗਲੇ ਦਰੂਦ ਹੀ ਤੁਸੀਂ ਅਸਹਾਬੇ ਹੀ ਵੀ ਪੜ੍ਹਿਆ ਹੈ ਅਜ਼ਵਾਜ ਹੀ ਵੀ ਆਖਿਆ ਹੈ ਇਸ ਨਮਾਜ਼ ਵਾਲੇ ਦਰੂਦ 'ਚ ਨਾ ਅਸਹਾਬੇ ਹੀ ਪੜ੍ਹਦੇ ਹੋ ਨਾ ਅਜ਼ਵਾਜੇ ਹੀ ਆਦੇ ਹੋ ਉਹਨਾਂ ਆਖਣਾ ਹੈ ਅਨਪੜ੍ਹ ਅਤੇ ਦੁਕਾਨਦਾਰ ਕਰਕੇ ਨਮਾਰ ਇਤਨਾ ਪਤਾ ਲੱਗਦਾ ਹੈ ਜੇ ਨਮਾਜ਼ ਪੜ੍ਹਦੇ ਹਾਂ ਅਸਹਾਬ ਦਾ ਨਾਂ ਚਾ ਲਵੀਏ ਅਤੇ ਨਮਾਜ਼ ਹੁੰਦੀ ਨਹੀਂ ਅੱਗੇ ਦੀ ਨਿਸਬਤ ਮੌਸਮ ਅੱਜ ਚੰਗਾ ਹੀ ਨੇ ਲਾਹੌਰ ਵਾਲਿਆਂ ਨੂੰ ਤਾਂ ਬਾਰਿਸ਼ ਕੰਨ ਫਤਾਈ ਖਲੋਤੀ ਏ 65 ਮਿਲੀਮੀਟਰ ਤੋਂ ਉੱਤਾਂ ਚਲੀ ਗਈ ਏ
ਇਸਲਾਮਾਬਾਦ ਵਾਲੇ ਅੱਗੇ ਦੋਵੇਂ ਕੰਨ ਫੜ ਲਏ ਨਾ, ਨਾਲਾ ਲਈ ਕਿਦੋਂ ਦਾ ਕਿਦਾਂ ਹੀ ਵਗ ਗਿਆ ਹੈ। ਜਿਹੜੇ ਬੰਦੇ ਦਾ 25 ਮੁਹਰਮ ਨੂੰ ਜੁਮੇਰਾਤ ਵਾਲੇ ਦਿਹਾੜੇ ਅਲਮਾਂ ਦੀ ਛਾਂ ਦੇ ਹੇਠ ਬਹਿ ਕੇ ਅੱਜ ਅਲੀ ਦਾ ਨਾਰਾ ਮਾਰਨ 'ਤੇ ਰੂਹ ਨਹੀਂ ਕਰਦਾ, ਉਹ ਬੰਦਾ ਜੇ ਗਰਮੀ ਦੇ ਮੌਸਮ ਵਿੱਚ ਹੀ ਗਰਮ ਕਬਰ 'ਚ ਗਿਆ, ਮਾਨੀ ਮਾਮੋਕਾ ਦਾ ਜਵਾਬ ਕਿਵੇਂ ਦੇ ਲਈ ਸੀ? ਅਲੀ ਹੱਕ ਜਿਹੜਾ ਨਾ ਮੰਨੇ ਉਹਦੀ ਮਾਂ 'ਚ ਸ਼ੱਕ। ਗੱਲ ਜ਼ਹਿਨੇ 'ਚ ਕਿ ਅਖੇ ਅਨਪੜ੍ਹ ਕਰਕੇ ਨਾ ਮਾਰ, ਇਤਨਾ ਪਤਾ ਹੈ ਜੇ ਨਮਾਜ਼ ਪੜ੍ਹਦਿਆਂ ਸਾਹਿਬ ਦਾ ਨਾਂ ਚਾਹ ਲਵੀਏ ਅਤੇ ਨਮਾਜ਼ ਬਾਤੇਲੇ, ਨਮਾਜ਼ ਥੀਂਦੀ ਨਹੀਂ ਬਈ। ਉਹ ਲਤੀਫ ਜਿਹਾ ਥੋੜ੍ਹਾ ਜਿਹਾ ਹੀ ਫਰਕ ਹੈ ਆਲ ਅਤੇ ਅਸਹਾਬ ਦਾ। ਅਸਹਾਬ ਦਾ ਨਾਂ ਨਮਾਜ਼ ਚਾ ਵਜੇ ਨਮਾਜ਼ ਰਹਿੰਦੀ ਨਹੀਂ, ਆਲ ਦਾ ਨਾਂ ਨਾ ਆਵੇ ਨਮਾਜ਼ ਹੁੰਦੀ ਨਹੀਂ। ਅਲੀ ਆਲਿਆਂ ਕਮਲੇ ਬੰਦੇ 'ਤੇ ਦੀਨ ਅਤੇ ਸ਼ਰੀਅਤ ਲਾਗੂ ਹੀ ਨਹੀਂ, ਪਾਗਲ 'ਤੇ ਨਮਾਜ਼ ਹੈ ਬੋਲੋ ਅਤੇ ਕੋਈ ਨਹੀਂ ਨਾ ਅਕਲ ਨਾਲ ਤਾਲੋ ਕੇ। ਹੁਣ ਥੋੜ੍ਹਾ ਜਿਹਾ ਅਕਲ ਨਾਲ ਸੋਚ ਕੇ ਮੈਨੂੰ ਦੱਸ, ਜਿਨ੍ਹਾਂ ਦਾ ਨਾਂ ਨਮਾਜ਼ ਨਹੀਂ ਸਾਂਦੀ ਬਾਂਗ ਸਾਂਦੀ ਹੈ, ਜਿਨ੍ਹਾਂ ਦਾ ਨਾਂ ਬਾਂਗ ਨਹੀਂ ਸਾਂਦੀ ਕਲਮਾ ਸਾਂਦਾ ਹੈ। ਗੱਲ ਸਿਰਫ ਇੱਥੋਂ ਤਾਂ ਹੀ ਨਹੀਂ, ਮੈਂ 5 ਨਹੀਂ 6 ਦਫ਼ਾ ਮਦੀਨੇ ਸ਼ਰੀਫ ਗਿਆ, ਮੱਕੇ ਸ਼ਰੀਫ ਗਿਆ, 6 ਦਫ਼ਾ ਹੀ ਨਜ਼ਫ ਸ਼ਰੀਫ ਗਿਆ। ਇਹੋ ਦਿਹਾੜੇ ਆਣ ਮਸਜਿਦ ਨਬਵੀ ਏ, ਪੈਗੰਬਰ ਵਾਜ਼ ਪਏ ਫਰਮੈਂਦੇ ਨੇ, ਇਹ ਹੋ ਨਹੀਂ ਸਕਦਾ ਵਾਜ਼ ਕਰਨ ਵਾਲਾ ਰਹਿਮਤ ਲਿਲ ਆਲਮੀਨ ਪੈਗੰਬਰ ਹੋਵੇ ਅਤੇ ਕੁਝ ਹਿੱਸਾ ਮਸਜਿਦ ਦਾ ਖਾਲੀ ਹੋਵੇ। ਖਚਾ ਖਚ ਮਸਜਿਦ ਪੁਰ ਰਹੇ, ਇੱਕ ਬੰਦੇ ਖਜੂਰਾਂ ਦਾ ਟੋਕਰਾ ਆਉਂਦਾ ਹੈ, ਪਿੰਡ ਦਾ ਟੋਕਰਾ। ਨਬੀ ਪੁੱਛਦੇ ਨਾ ਮਹਾਜ਼ ਹੀ ਹਦੀਆ ਤੁਨ ਉਹ ਸਦਕਾ ਤੁਨ, ਹਦੀਆ ਹੈ ਜਾਂ ਸਦਕਾ ਹੈ? ਲਿਆਵਣ ਵਾਲਾ ਆਖਿਆ ਹਦੀਆ ਹੈ। ਨਬੀ ਆਲ ਵਾਲੇ ਪਾਸੇ ਵਿਹੜੇ 'ਚ ਅੰਦਰ ਭੇਜ ਛੁੜੇਂਦੇ ਆਣ, ਅਗਰ ਉਹ ਆਖਿਆ ਸਦਕਾ ਹੈ, ਨਬੀ ਉਥਾਈ ਬੈਠੇ ਸਹਾਬੀਆਂ 'ਚ ਤਕਸੀਮ ਚੱਕ ਲੈਂਦੇ ਆਣ। ਬਸ ਜਨਾਬ ਨੂੰ ਪਤਾ ਨਹੀਂ ਪਿਆ ਲੱਗਦਾ ਹਦੀਏ ਦੇ ਖਾਵਣ ਵਾਲੇ ਹੋਰ, ਸਦਕੇ ਦੇ ਮੁਕਾਵਣ ਵਾਲੇ ਹੋਰ, ਕਮਲਾ ਅਤੇ ਕਮਲੀ ਮਾਂ ਦੇ ਪੋਤਰਾ ਜਿਹੜੇ ਅਸਹਾਬ ਆਲ ਦੇ ਰਲਾਵੇਂ ਪਿੰਡ 'ਤੇ ਟੁੱਕਰ 'ਚ ਨਹੀਂ ਪੈਰਲਦੇ, ਉਹ ਕਲਮੇ ਨਮਾਜ਼ ਬਾਂਗ ਦੀਨ 'ਚ ਆਲ ਨਾਲ ਕਿਵੇਂ ਸ਼ਾਮਿਲ ਥੀ ਸਕਦੇ ਨੇ? ਨਹੀਂ, ਥੋੜ੍ਹੇ ਬੰਦੇ ਅਲੀ ਦਾ ਨਾਰਾ ਮਰਿੰਦੇ ਹੋ, ਬਾਕੀ ਚੁੱਪ ਹੋ, ਕੋਸ਼ਿਸ਼ ਕਰ। ਯਾ ਅਲੀ, ਕੁਝ ਪਤਾ ਲੱਗਾ? ਯਾ ਅਲੀ, ਯਾ ਅਲੀ, ਯਾ ਅਲੀ ਮਦਦ ਹੱਕ ਹੈਦਰ। ਔਜ਼ੁ ਬਿੱਲਾਹਿ ਮਿਨ ਸ਼ੈਤਾਨਿ ਰਜੀਮ, ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਲਹਮਦੁਲਿਲਾਹਿ ਰੱਬਿਲ ਆਲਮੀਨ, ਅਸਲਾਤੁ ਵਸਲਾਮੁ ਅਲਾ ਸੈਯਦਿਲ ਅੰਬਿਯਾਇ ਵਲ ਮੁਰਸਲੀਨ, ਅੰਮਾ ਬਾਅਦੁ ਫਕਦ
قال الله تبارك وتعالى في كتابه المجيد بسم الله الرحمن الرحيم وإذ ابتلى إبراهيم ربه بكلمات فأتمهن قال إني جاعلك للناس إماما قال ومن ذريتي قال لا ينال عهد الظالمين بار إلها ਤੈਨੂੰ ਆਪਣੇ ਜਾਹੋ ਜਲਾਲ ਦਾ ਵਾਸਤਾ ਹੱਥ ਸਾਰੇ ਉੱਤਾਂ ਕਰਿਆ ਹੈ ਗੋਡਿਆਂ ਤੋਂ ਛਾਇਆ ਹੈ ਪੈਗੰਬਰ ਉਹ ਅਹਿਲੇ ਬੈਤ ਪੈਗੰਬਰ ਦਾ ਸਦਕਾ ਅੱਜ ਦੇ ਇਸ ਦੁੱਖ ਭਰੇ ਦਿਹਾੜੇ ਦਾ ਵਾਸਤਾ ਸੈਯਦ ਸਾਜਦੀਨ ਜ਼ੈਨੁਲ ਆਬਦੀਨ ਦੀ ਬਿਮਾਰੀ ਦਾ ਵਾਸਤਾ ਹਾਜ਼ਰੀਨ 'ਚੋਂ ਜਿਹੜੇ ਬਿਮਾਰ ਹਨ ਜਿਨ੍ਹਾਂ ਦੇ ਘਰ ਮਰੀਜ਼ ਹਨ ਸ਼ਿਫਾ ਅਤਾ ਫਰਮਾ ਮਾਲੇ ਖਦੀਜਤੁਲ ਕੁਬਰਾ ਦਾ ਵਾਸਤਾ ਜਿਹੜੇ ਮਕਰੂਜ਼ ਹਨ ਉਹਨਾਂ ਦੇ ਕਰਜ਼ੇ ਦੀ ਅਦਾਇਗੀ ਦਾ ਸਾਮਾਨ ਫਰਮਾ ਅਲੀ ਮੌਲਾ ਆਕਾ ਦੀ ਵਿਲਾਇਤ ਇਮਾਮਤ ਖਿਲਾਫਤ ਵਿਸਾਇਤ ਦਾ ਵਾਸਤਾ ਜਿਹੜੇ ਜ਼ਿਹਨੀ ਘਰੇਲੂ ਖਾਨਦਾਨੀ ਇਹ ਮੁਆਸ਼ਰਤੀ ਤੌਰ 'ਤੇ ਪਰੇਸ਼ਾਨ ਹਨ ਅਲੀ ਮੌਲਾ ਦੇ ਸਦਕੇ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਔਰ ਕਾਫੂਰ ਫਰਮਾ ਬਾਰਵੀਂ ਸਰਕਾਰ ਹੁਜਤ ਦਾ ਜਲ ਜ਼ਹੂਰ ਫਰਮਾ ਸਾਨੂੰ ਸਹੀ ਮਾਨਿਆਂ 'ਚ ਹੁਸੈਨੀ ਹੈਦਰੀ ਜਾਫਰੀ ਅਲਵੀ ਮੁਹੰਦੀ ਬਣਨ ਦੀ ਤੌਫੀਕ ਅਤਾ ਫਰਮਾ ਸ਼ੋਹਦਾਏ ਪਾਰਾ ਚਨਾਰ ਨੂੰ ਜੰਨਤੁਲ ਫਿਰਦੌਸ ਅਤਾ ਫਰਮਾ ਇਸਮਾਈਲ ਹਾਨੀਆਂ ਨੂੰ ਜਵਾਰੇ ਸ਼ੋਹਦਾਏ ਕਰਬਲਾ ਨਸੀਬ ਫਰਮਾ ਮੇਰੇ ਅੱਲਾ ਇਸਰਾਈਲ ਅਮਰੀਕਾ ਨੂੰ ਨੇਸ ਤੋਂ ਨਾਬੂਦ ਤਬਾਹੋ ਬਰਬਾਦ ਫਰਮਾ ਬਾਰਵੀਂ ਸਰਕਾਰ ਹੁਜਤ ਦਾ ਜਲਦ ਜ਼ਹੂਰ ਫਰਮਾ ਸਾਡੀਆਂ ਦੁਆਈਆਂ ਆਪਣੀ ਬਾਰਗਾਹ 'ਚ ਕਬੂਲ ਫਰਮਾ ਮੇਰੇ ਮਾਲਿਕਾ ਜਵਾਨੀ ਹੈ ਜਨਾਬ ਹਜ਼ਰਤ ਅਲੀ ਅਕਬਰ ਦਾ ਵਾਸਤਾ ਨਾਦਾਨੀ ਹੈ ਜਨਾਬ ਹਜ਼ਰਤ ਅਲੀ ਅਸਗਰ ਦਾ ਸਦਕਾ ਜਿਨ੍ਹਾਂ ਦੀਆਂ ਝੋਲੀਆਂ ਔਲਾਦ ਨਰੀਨਾ ਤੋਂ ਖਾਲੀ ਹਨ ਉਹਨਾਂ ਨੂੰ ਔਲਾਦ ਨਰੀਨਾ ਅਤਾ ਫਰਮਾ ਜਿਨ੍ਹਾਂ ਨੂੰ ਅਤਾ ਫਰਮਾਈਏ ਉਹਨਾਂ ਦੀਆਂ ਹਯਾਤੀਆਂ ਦਰਾਜ਼ ਨੇਕ ਔਰ ਸਾਲੇ ਬਣਾ ਇਸ ਮਜਲੇ ਸੇ ਅਜ਼ਾ ਖਰਚ ਅਖਰਾਜਾਤ ਲੰਗਰ ਇਸ ਦਾ ਸਵਾਬ ਹਾਜੀ ਮਜ਼ਰ ਹੁਸੈਨ ਦੇ ਵਾਲੇ ਦੇ ਮਰਹੂਮ ਹਾਜੀ ਨਜ਼ਰ ਹੁਸੈਨ ਦੀ ਰੂਹੇ ਪੁਰਫਤੂ ਨੂੰ ਅਤਾ ਫਰਮਾ ਇਸ ਖਾਨਦਾਨ ਦੇ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ ਰੱਬਨਾ ਆਤਿਨਾ ਫਿਰ ਦੁਨੀਆ ਹਸਨਤਮ ਵਫੀ ਲਾਖਿਰਾ ਆਦਤਨ ਨਹੀਂ ਇਬਾਦਤਨ ਸਲਵਾਤ ਪੜ੍ਹੋ ਹਾਂ ਥੋੜ੍ਹਾ ਦੇ ਨਾਰਾਏ ਤਕਬੀਰ ਜਿਹੜੇ ਬੰਦੇ ਅੱਲਾ ਦਾ ਹੀ ਨਾਂ ਨਹੀਂ ਚਾਹ ਸਕੇ ਅੱਲਾ ਹੋ ਅਕਬਰ ਖੁਦਾ ਸਭ ਸੇ ਬੜਾ ਹੈ ਕਬੀਰ ਨਹੀਂ ਅਕਬਰ ਸੁਪਰਲੇਟਿਵ ਡਿਗਰੀ ਹੈ ਅੱਲਾ ਹਜ਼ਰਤ ਅਲੀ ਦਾ ਵੀ ਖਾਲਿਕ ਹੈ ਅੱਲਾ ਮੁਹੰਮਦ ਮੁਸਤਫਾ ਦਾ ਵੀ ਖਾਲਿਕ ਹੈ ਅੱਲਾ ਦੀ ਅਜ਼ਮਤ ਦਾ ਤਾਂ ਸਾਨੂੰ ਪਤਾ ਹੀ ਤਦਾਂ ਲੱਗਾ ਹੈ ਜਦੋਂ ਕਾਇਨਾਤ 'ਚ ਅਲੀ ਜਿਹਾ ਬਹਾਦਰ ਅਗਰ ਕਿਸੇ ਨੂੰ ਝੁਕਿਆ ਹੈ ਤਾਂ ਇੱਕ ਅੱਲਾ ਹੈ ਕਿ ਖਿਆਲ ਹੈ ਅੱਲਾ ਸੱਗ ਗਿੱਲੇ ਵਾਸਤੇ ਦਿੱਤਾ ਹੈ ਗਾਲੀ ਵਾਸਤੇ ਦਿੱਤਾ ਮੰਦਿਆਂ ਵਾਸਤੇ ਦਿੱਤਾ ਝੂਠ ਬੋਲਣ ਵਾਸਤੇ ਚੁਗਲਖੋਰੀ ਵਾਸਤੇ ਜਿਹੜਾ ਸੱਗ ਅੱਲਾ ਦੇ ਨਾਂ 'ਤੇ ਨਹੀਂ ਬੋਲ ਸਕਦਾ ਹੋਵੇ ਤਾਂ ਭਾਵੇਂ ਮੁੱਢੂ ਨਾ ਹੋਵੇ ਸੱਗ ਦਾ ਜ਼ੋਰ ਸੀਨੇ ਦੀ ਤੜ ਜ਼ੁਬਾਨ ਨਾਲ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਹੈਦਰੀ ਹੁਸੈਨੀਅਤ ਜਿਹੜੇ ਬੰਦੇ ਹੁਸੈਨ ਨੂੰ ਜ਼ਿੰਦਾਬਾਦ ਸਮਝਦੇ ਹੋ ਪੰਜੀ ਮੁਹਰਮ ਮੁਹਰਮ ਦਾ ਸਾਰਾ ਅਸ਼ਰਾ
ਮੁਹਰਮ ਦੇ ਸਾਰੇ ਦਿਹਾੜੇ, ਚੇਲਮ ਦਾ ਸਾਰਾ ਮਹੀਨਾ, 8 ਰਬੀਓ ਲਵਲ ਤੱਕ ਕਾਲੇ ਕੱਪੜੇ ਪਾ ਕੇ, ਮਜਲਸਾਂ ਦਾ ਇਨੇਕਾਦ ਕਰਕੇ, ਮਾਤਮ ਕਰਕੇ, ਛਬੀਆਂ ਦੀ ਬਰਾਮਦਗੀ ਕਰਕੇ, ਨੂਹੇ ਪੜ੍ਹ ਕੇ, ਰੋ ਕੇ, ਪਿੱਟ ਕੇ, ਗਲੀਆਂ 'ਚ, ਬਾਜ਼ਾਰਾਂ 'ਚ, ਦੁਕਾਨਾਂ 'ਚ, ਦਫ਼ਤਰਾਂ 'ਤੇ, ਏਅਰਪੋਰਟਾਂ 'ਤੇ ਦੱਸੇਂਦੇ ਵਧਿਆਂ, ਹੁਸੈਨ ਕੱਲ੍ਹ ਵੀ ਜ਼ਿੰਦਾਬਾਦ ਆਈ, ਹੁਸੈਨ ਅੱਜ ਵੀ ਜ਼ਿੰਦਾਬਾਦ ਏ, ਹੁਸੈਨ ਆਉਣ ਵਾਲੇ ਕੱਲ੍ਹ ਨੂੰ ਵੀ ਜ਼ਿੰਦਾਬਾਦ ਏ। ਜਿਹੜੇ ਹੁਸੈਨ ਨੂੰ ਜ਼ਿੰਦਾਬਾਦ ਸਮਝਦੇ ਹੋ, ਨਾਰੇ ਦਾ ਜਵਾਬ ਦਿਓ, ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ। ਇਮਾਮ ਹੁਸੈਨ ਦੇ ਫਜ਼ਾਇਲ ਦੀ ਤੁਹਾਡੇ ਮੁਹੱਬਤ ਨੂੰ ਵੇਖ ਕੇ ਫਜ਼ਾਇਲ ਦੀ ਇੱਕ ਰੁਬਾਈ ਨਾ ਸੁਣਾ ਛੋੜਾਂ। ਥੋੜ੍ਹੇ ਬੰਦੇ ਆਖਿਆ ਬਿਸਮਿਲ੍ਲਾ, ਫਜ਼ਾਇਲ ਏ ਹੁਸੈਨ ਕੇ ਖਿਆਲ ਏ, ਸਾਰੇ ਹੀ ਜਾਣਦੇ ਹੋ ਜੋ ਕੁਝ ਮੁਲਕ 'ਚ ਦੁਨੀਆ 'ਚ ਹੋਵੇ, ਮੌਲੀ ਅਨਵਰ ਅਲੀ ਮਜਲਿਸ ਹੀ ਦੱਸਿੰਦਾ ਹੈ। ਜ਼ੇਨ ਇਸ ਗੱਲ 'ਤੇ ਮਰਕੂਜ਼ ਰਹੇ, ਜਨਾਬ ਨੇ ਸੋਸ਼ਲ ਮੀਡੀਆ 'ਚ ਨਹੀਂ ਵੇਖਿਆ ਇੱਕ ਦੇ ਹੱਥ ਬੰਨ ਕੇ, ਸਿਰਫ ਸੁਣ ਕੇ ਤੇਰੀ ਹਾਏ ਨਿਕਲ ਗਈ ਹੈ। ਪਸੇ ਗਰਦਨ ਅੱਲਾਹੁ ਅਕਬਰ ਪੜ੍ਹ ਕੇ ਉਸ ਨੌਜਵਾਨ ਨੂੰ ਛੋਟੀ ਛੋਟੀ ਦਾੜੀ ਆਈ ਅਤੇ ਜਵਾਨ ਲੱਗਦਾ ਸ਼ਹੀਦ ਕੀਤਾ ਨੇ। ਅਤੇ ਤਕਬੀਰ ਇਹ ਉਸੇ ਖਾਨਦਾਨ 'ਚੋਂ ਜਿਨ੍ਹਾਂ ਨੇ ਆਲੇ ਰਸੂਲ ਦੇ, ਜਿਨ੍ਹਾਂ ਨੇ ਅਹਿਲੇ ਬੈਤੇ ਰਸੂਲ ਦੇ 6 ਮਹੀਨੇ, 11 ਸਾਲ, 9 ਸਾਲ, 12 ਸਾਲ, 18 ਸਾਲ, 32 ਸਾਲ, 58 ਸਾਲ, 120 ਸਾਲ ਦੇ ਜੁੰਮੇ ਵਾਲੇ ਦਿਹਾੜੇ ਕਰਬਲਾ ਸ਼ਹੀਦ ਕਰਕੇ, ਆਜ਼ਾਨ ਦੇ ਕੇ ਜਮਾਤ ਨਾਲ ਨਮਾਜ਼ ਪੜ੍ਹੀ ਹੈ। ਜੇ ਉਸੇ ਖਾਨਦਾਨ 'ਚੋਂ ਪੈ ਆਉਂਦੇ ਨੇ ਕਿ ਖਿਆਲ ਏ ਇਸ ਤਰੀਕੇ ਦੇ ਨਾਲ ਪਾਰਾ ਚਨਾਰ 'ਚ ਇਤਨੇ ਬੜੇ ਜ਼ੁਲਮ ਕਰਕੇ, ਇਸਮਾਈਲ ਹਾਨੀਏ 'ਤੇ ਬੰਬ ਸੱਟ ਕੇ, ਸਾਡੇ ਕੋਲੋਂ ਨਾਮੇ ਐਲੀ ਔਰ ਜ਼ਿਕਰ ਹੁਸੈਨ ਅਤੇ ਮਾਤਮ ਹੁਸੈਨ ਤੂੰ ਛੁੜਾ ਲਈ ਸੈਂ? ਬੋਲੋ, ਇਹ ਤੇਰੀ ਗਲਤ ਫਹਿਮੀ ਏ। ਨਾਮੇ ਐਲੀ ਜ਼ਿਕਰ ਹੁਸੈਨ ਨੂੰ ਮਿਟਾਉਣ ਦੇ ਵਾਸਤੇ ਸਿਰਫ ਅੱਜ ਦੇ ਹੀ ਨਹੀਂ ਯਜ਼ੀਦ ਨੇ ਜ਼ੋਰ ਲਾਇਆ ਹੈ, ਉਸ ਦੌਰ ਦੇ ਯਜ਼ੀਦ ਨੇ ਨਹੀਂ, ਉਹਦੇ ਬਾਬੇ ਨੇ ਜ਼ੋਰ ਲਾਇਆ ਹੈ। ਬਨੀ ਉਮੱਈਆ ਨੇ 120 ਸਾਲ ਲਾਏ, ਬਨੀ ਅੱਬਾਸੀਆ ਨੇ 80 ਸਾਲ ਲਾਏ, ਜਿਨ੍ਹਾਂ ਨੂੰ ਤਾਰੀਖ ਆਉਂਦੀ ਹੈ। ਮੁਤਵੱਕਲ ਨੇ ਜ਼ੋਰ ਲਾਇਆ ਹੈ, ਮਾਮੂ ਰਸ਼ੀਦ ਨੇ ਜ਼ੋਰ ਲਾਇਆ ਹੈ, ਹਾਰੂਨ ਰਸ਼ੀਦ ਨੇ ਜ਼ੋਰ ਲਾਇਆ ਹੈ, ਮਨਸੂਰ ਦਵਾਨਕੀ ਨੇ ਜ਼ੋਰ ਲਾਇਆ ਹੈ, ਮੋਤਮਦ ਬਿੱਲਾ, ਮੁਸਤਨਸਰ ਬਿੱਲਾ, ਮੁਸਤੈਨ ਬਿੱਲਾ, ਮਾਦੀ ਬਿੱਲਾ, ਕਾਇਨਾਤ ਦੇ ਵੱਡੇ 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 ਬਿੱਲੇ ਅਤੇ ਕੁੱਤੇ ਨਾਮੇ ਅਲੀ ਜ਼ਿਕਰ ਹੁਸੈਨ ਨੂੰ ਮਿਟਾਈਂਦੇ ਰਹਿ ਗਏ। ਜਦੋਂ ਉਹਨਾਂ ਬਿੱਲੀਆਂ ਦੇ ਕੋਲੋਂ ਅਲੀ ਦਾ ਨਾਂ ਨਹੀਂ ਮਿਟਿਆ, ਪਾਕਿਸਤਾਨ ਦੇ ਕੁੱਤਿਆਂ ਅਤੇ ਬਿੱਲੀਆਂ ਦੇ ਕੋਲੋਂ ਨਾਮੇ ਅਲੀ ਕਿਵੇਂ ਮਿਟ ਸਕਦਾ ਹੈ? ਬੇਸ਼ੁਮਾਰ ਅਜ਼ੀਜ਼ ਨੇ ਅੱਲਾ ਇਹਦੀ ਹਯਾਤੀ ਕਰੇ, ਮਾਂ ਪਿਓ ਨਸੀਬ ਹੋਵੇ, ਫਜ਼ਾਇਲ ਹੁਸੈਨ 'ਚ ਐਨ ਮੌਕੇ 'ਤੇ ਹੁਸੈਨੀਅਤ ਦਾ ਨਾਰਾ ਲਵਾਇਆ। ਹੁਸੈਨ ਹੋ ਰਹੇ, ਹੁਸੈਨੀਅਤ ਹੋ ਰਹੇ, ਯਜ਼ੀਦ ਹੋ ਰਹੇ, ਯਜ਼ੀਦੀਅਤ ਹੋ ਰਹੇ।
ਥੋੜ੍ਹੇ ਜਿਹੇ ਜ਼ਹਿਨ 'ਤੇ ਜ਼ੋਰ ਦੇਵੇਗਾ। ਹੁਸੈਨ ਦੀ ਮੰਨਣੀ, ਹੁਸੈਨ ਨੂੰ ਮੰਨਣਾ, ਇਹ ਹੁਸੈਨੀਅਤ ਹੈ। ਯਜ਼ੀਦ ਨੂੰ ਮੰਨਣਾ, ਯਜ਼ੀਦ ਦਾ ਖਤਮ ਦਿਵਾਉਣਾ, ਯਜ਼ੀਦ ਵਾਲੇ ਕੰਮ ਕਰਨੇ, ਉਹਦਾ ਨਾਂ ਯਜ਼ੀਦੀ ਹੈ। ਗੌਰ ਫਰਮਾਉਂਦੇ ਪਏ ਮੇਰੇ ਲਫ਼ਜ਼ਾਂ 'ਤੇ। ਇਹ ਤੇਰੇ ਕੋਲ ਤਾਂ ਅਕਸਰ ਬੰਦੇ ਹੱਜ 'ਤੇ ਵਹਿੰਦੇ ਨੇ, ਮੈਨੂੰ ਕਈ ਦਫ਼ਾ ਮਿਲੇ ਨੇ, ਮੈਂ ਵੀ 5-6 ਵਾਰੀ ਹੱਜ 'ਤੇ ਗਿਆ। ਇਸ ਸਾਲ ਗਰਮੀ ਇਤਨੀ ਹਾਈ ਬਈ ਹੱਜ 'ਤੇ ਹਾਜੀ ਗਰਮ ਪਾਣੀ ਨਹੀਂ ਲੱਭਦਾ, ਪਿਆਸ ਤੂੰ ਮਰ ਗਏ, ਕੋਈ ਪੁੱਛਣ ਦੱਸਣ ਵਾਲਾ ਨਹੀਂ, ਵਾਇਰਸ ਨੇੜੇ ਕੋਈ ਨਹੀਂ, ਹਕੂਮਤ ਘੁਟਨੇ ਟੇਕ ਗਈ ਹੈ, ਫਿਰ ਮੰਨਦੀ ਨਹੀਂ ਉਹਨਾਂ ਦੀ ਮਿਸਅੰਡਰਸਟੈਂਡਿੰਗ, ਉਹਨਾਂ ਦਾ ਕੋਈ ਉਹ ਯਾਨੀ ਮਾਹੌਲ ਨਾ ਹੀ ਉਹਨਾਂ ਬਣਾ ਹੋਇਆ, ਕੋਈ ਉਹਨਾਂ ਦਾ ਇੰਤਜ਼ਾਮ ਕੋਈ ਨਾ ਹੀ, ਅਤੇ ਕੁੱਲ 1.5 ਕਰੋੜ ਬੰਦਾ ਹਾਈ। ਬੰਦੇ ਪੁੱਛਦੇ ਨੇ ਉੱਥੇ ਤਾਂ ਹਾਈ 1.5 ਕਰੋੜ, ਪੈਸੇ ਵੀ 17 ਲੱਖ ਲੈਂਦੇ ਨੇ, ਕਰਬਲਾ ਹੁੰਦਾ 6 ਕਰੋੜ, ਹੁਸੈਨ ਦੇ ਸ਼ਾਇਰ 'ਚ ਹੁੰਦਾ ਚੇਲਮ 'ਤੇ ਹੁੰਦਾ 6 ਕਰੋੜ। ਇਸ ਸਾਲ ਵੀ ਗਰਮੀ ਉਤਨੀ ਹੋਣੀ ਹੈ ਜਿਤਨੀ ਹੱਜ 'ਤੇ ਹਾਈ। ਉੱਥੋਂ ਦੀ ਹਕੂਮਤ ਕੈਸੀ ਹੈ, 85 ਕਿਲੋਮੀਟਰ ਹੈ ਕਰਬਲਾ ਤੂੰ ਨਜਫ, 85 ਕਿਲੋਮੀਟਰ ਸਾਹਿਬਾਨ ਲੱਗ ਗਏ ਨਾ, ਨਹੀਂ ਸਿਰਫ ਤੂੰ ਇਹ ਸੁਣ ਕੇ ਅਤੇ ਕਿੰਨਾ ਬੰਦਿਆਂ ਦਾ ਦੇ 85 ਕਿਲੋਮੀਟਰ ਵਿੱਚ ਸਾਹਿਬਾਨ ਲੱਗ ਗਏ। ਆਖੇ ਉਹ ਹਕੂਮਤ ਕੈਸੀ ਹੈ ਜਿਹੜੀ ਇੰਤਜ਼ਾਮ ਕਰ ਲੈਂਦੀ ਹੈ। ਮੈਂ ਆਖਿਆ ਸਾਊਦੀਆ ਦੀ ਹਕੂਮਤ ਹੋਰ ਹੈ, ਕਰਬਲਾ ਅਤੇ ਨਜਫ ਦੀ ਹਕੂਮਤ ਹੋਰ ਹੈ। ਜਿਹੜੀ ਕਰਬਲਾ ਦੀ ਹਕੂਮਤ ਹੈ ਉਸ ਦੇ ਗਵਰਨਰ ਦਾ ਨਾਂ ਅੱਬਾਸ ਹੈ, ਉਹਦੇ ਬਾਦਸ਼ਾਹ ਦਾ ਨਾਂ ਹੁਸੈਨ ਹੈ। ਬਿਸਮਿਲ੍ਲਾ, ਮਿਹਰਬਾਨੀ ਸਰ, ਅਰਜ਼ੇ ਪਿਆ ਕਰਦਾ ਉਸ ਗੁਜ਼ਾਰਿਸ਼ ਹੈ ਕਿ ਫਜ਼ਾਇਲੇ ਹੁਸੈਨ ਦੀ ਵਾਅਦਾ ਹੀ ਉਹ ਕੀਤਾ ਹੀ ਨਾ, ਅਰਜ਼ ਕਰਾਂ ਇਹ ਬੰਦੇ ਜਿਹੜੇ ਇਸ ਤਰ੍ਹਾਂ ਹੁਸੈਨੀਆਂ ਨੂੰ ਸ਼ਹੀਦ ਕਰਦੇ ਨੇ, ਬੱਸਾਂ 'ਚੋਂ ਲਾਹ ਕੇ ਤਫਤਾਨ ਕਿਤਵਾਂ ਦਿਹਾੜਾ ਕਾਫਲਾ ਰੁਕੇ ਹੋਇਆ, ਮਸਤੂਕ ਫੈਰੇਂਗੇ ਜਿਹੜੇ ਜ਼ਵਾਰ ਹਨ ਉਹਨਾਂ 'ਤੇ ਇੱਦੇ ਜਿਹੜੇ ਇਸ ਦੇ ਵਿੱਚ ਇਹ ਤੇਰੇ ਪਾਰਾ ਚਨਾਰ 'ਚ ਜ਼ਖਮੀਆਂ ਨੂੰ ਲੈ ਕੇ ਜਿਹੜੀ ਗੱਡੀ ਜਾ ਰਹੀ ਹੈ ਉਸ 'ਤੇ ਪਥਰਾਓ। ਹੋਰ ਯਜ਼ੀਦ ਅਤੇ ਯਜ਼ੀਦੀਅਤ ਕੀ ਹੁੰਦੀ ਹੈ? ਇਹ ਯਜ਼ੀਦ ਤੂੰ ਕੋਈ ਘੱਟ ਏ ਬੋਲਣਾ ਨਸੀਬਾਂ ਲਿਆ ਫਜ਼ਾਇਲੇ ਹੁਸੈਨ, ਓਏ ਨਬੀ ਕਾ ਲਖਤ ਜਿਗਰ ਨੂਰ ਐਨ ਪੈਦਾ ਕਰ, ਜ਼ਹਰਾ ਕਾ ਲਾਲ ਅਲੀ ਕੇ ਦਿਲ ਕਾ ਚੈਨ ਪੈਦਾ ਕਰ, ਤੇਰੇ ਯਜ਼ੀਦ ਸੇ ਪਾਰਾ ਚਨਾਰ ਮੇ ਲਾਖੋਂ ਯਜ਼ੀਦ ਹੈ ਮੌਜੂਦ, ਮੇਰੇ ਹੁਸੈਨ ਸਾ ਕੋਈ ਹੁਸੈਨ ਪੈਦਾ ਕਰ। ਸਾਰੇ ਬੋਲੋ, ਸਾਰੇ ਬੋਲੋ, ਨਾਰਾਏ ਹੈਦਰੀ। ਹੁਸੈਨ ਜਿਹਾ ਕੋਈ ਤਾਂ ਹੋਵੇ ਜੀ ਉਹਦੀ ਜ਼ਹਰਾ ਜਿਹੀ ਮਾਂ ਹੋਵੇ ਤਾਂ, ਹੁਸੈਨ ਜਿਹਾ ਕੋਈ ਤਾਂ ਹੋਵੇ ਜੀ ਉਹਦੀ ਖਦੀਜਤੁਲ ਕੁਬਰਾ ਜਿਹੀ ਨਾਨੀ ਹੋਵੇ ਤਾਂ, ਹੁਸੈਨ ਜਿਹਾ ਕੋਈ ਤਾਂ ਹੋਵੇ ਜੀ ਉਹਦਾ ਮੁਹੰਮਦ ਮੁਸਤਫਾ ਜਿਹਾ ਨਾਨਾ ਹੋਵੇ ਤਾਂ, ਹੁਸੈਨ ਜਿਹਾ ਕੋਈ ਤਾਂ ਹੋਵੇ ਜੀ ਉਹਦਾ ਅਲੀ ਸ਼ੇਰ ਖੁਦਾ ਜਿਹਾ ਬਾਬਾ ਹੋਵੇ ਤਾਂ। ਬੈੜੀਆਂ ਬੇਡਾਂ ਹੀ ਕਜਲਾ ਲੇਲਾ ਕਦੇ ਨਹੀਂ ਜਾਇਆ, ਨਾ ਬੈੜੀਆਂ ਗਾਈਂ ਚੰਗਾ ਵੱਛਾ ਜਾਂਦੀਆਂ, ਜੀ ਉਹ ਜਿਹੀ ਮਾਂ ਉਹ ਜਿਹੀ ਔਲਾਦ ਬੋਲਣ ਨਸੀਬਾਂ ਲਿਆ। ਅਜੇ ਮੈਂ ਜ਼ਮੀਨ ਨੂੰ ਹੰਬਾਰ ਪਿਆ ਕਰਦਾ ਬਈ ਕਿਵੇਂ ਸਾਰੇ ਹੀ ਬੋਲ ਸਕੋ, ਜੀ ਉਹ ਜਿਹੀ ਮਾਂ ਉਹ ਜਿਹੀ ਔਲਾਦ, ਮਾਂ ਹੋਵੇ ਮੈਂ ਸੂਨਾ ਔਲਾਦ ਹੁੰਦੀ ਹੈ ਯਜ਼ੀਦ, ਮਾਂ ਹੋਵੇ ਬਤੂਲ ਔਲਾਦ ਹੁੰਦੀ ਹੈ ਹਸਨ ਅਤੇ ਹੁਸੈਨ। ਮੇਰੇ ਤੋਂ ਪਹਿਲੇ ਕਿਬਲਾ
ਅਖਤਰ ਸਾਹਿਬ ਨਸੀਮ ਹੁਸੈਨ ਅਖਤਰ ਤੋਂ ਪਾ ਸੁਣਦੇ ਆ ਇਮਾਮ ਇਮਾਮਤ ਮਿਲੀ ਇਬਰਾਹੀਮ ਨੂੰ ਪਹਿਲੇ ਰਸੂਲ ਹਾਈ ਨੇ ਸਾਕਿਆ ਮੇਰੀ ਔਲਾਦ ਵਿੱਚ ਰਸੂਲ ਬਣਾ ਇਮਾਮਤ ਮਿਲਦੀ ਗਈ ਪੜ੍ਹਦਾ ਕੁਰਾਨ ਪਿਆ ਕਾਲਾ ਵਾ ਮੈਨੂੰ ਜ਼ੁਰੀਅਤ ਹੀ ਮੇਰੇ ਅੱਲਾ ਮੇਰੀ ਔਲਾਦ ਵਿੱਚ ਵੀ ਇਮਾਮ ਬਣਾ ਅਤੇ ਇਬਰਾਹੀਮ ਰਿਸਾਲਤ ਵੇਲੇ ਤਾਂ ਔਲਾਦ ਨਹੀਂ ਆ ਯਾਦ ਆਈ ਇਮਾਮਤ ਵੇਲੇ ਕਿਉਂ ਇਬਰਾਹੀਮ ਫਰਮੇਸਣ ਮੇਰੇ ਨਬੀ ਦਾ ਉਮਤੀ ਮੈਨੂੰ ਪਤਾ ਰਿਸਾਲਤ ਤਾਂ ਕੱਲ੍ਹ ਮੁੱਕ ਪੈਣੀ ਹੈ ਗੱਲ ਸਮਝਣੀ ਹੈ ਰਿਸਾਲਤ ਕੱਲ੍ਹ ਮੁੱਕ ਪੈਣੀ ਹੈ ਮੁੱਕਣ ਵਾਲੀ ਸ਼ਾਇ ਔਲਾਦ ਵਾਸਤੇ ਕਿਉਂ ਮੰਗਾਂ ਕਿਆਮਤ ਦਾ ਸੂਰਜ ਤਲੂ ਹੋ ਸਕਦਾ ਹੈ ਕਿਆਮਤ ਤੱਕ ਉਹਦਾ ਇਮਾਮਤ ਤਾਂ ਨਹੀਂ ਖਤਮ ਹੋ ਸਕਦਾ ਜਿਹੜੇ ਸੋਚੀ ਪੈ ਗਏ ਉਹ ਤਾਂ ਚੁੱਪ ਬੈਠੇ ਹੋ ਕਿਆਮਤ ਵਾਲੇ ਦਿਹਾੜੇ ਮਾਂ ਦੇ ਨਾਂ ਨਾਲ ਉਠੀਵਣਾ ਹੈ ਬੋਲੋ ਇਮਾਮ ਨਾਲ ਨਾ ਪਿਓ ਦੇ ਨਾਂ ਨਾਲ ਨਾ ਮਾਂ ਦੇ ਯੋ ਮਨਾਦੂ ਕੁੱਲਾ ਉਨਾਸਿਮ ਬੇ ਇਮਾਮ ਹਿਮ ਆਇਤ ਕੁਰਾਨ ਮਾਸ਼ਰ ਵਾਲੇ ਦਿਹਾੜੇ ਉਠੀਵਣਾ ਇਮਾਮ ਦੇ ਨਾਂ ਦੇ ਨਾਲ ਏ ਮੇਰਾ ਭਾਈ ਮੇਰਾ ਦੋਸਤ ਅੱਗੇ ਮੇਰੇ ਕੋਲੋਂ ਨੌਜਵਾਨ ਪੁੱਛਦੇ ਹਨ ਕਿ ਇਹ ਦੱਸੋ ਮੌਲੀ ਸਾਹਿਬ ਯਜ਼ੀਦ ਦੇ ਵਾਰਿਸ ਕੌਣ ਏ ਮੈਂ ਕਦੇ ਸਵੈ ਕੇ ਮੋਰਕਾ ਦਸਿੰਦਾਸ ਕਦੇ ਜਨਾਬੀ ਉਲ ਮਵੱਦਤ ਅੱਜ ਕੱਲ੍ਹ ਮੈਂ ਕਿਤਾਬਾਂ ਦਾ ਹਵਾਲਾ ਕਦੇ ਨਹੀਂ ਦਿੱਤਾ ਮੈਂ ਆਨਾ ਆਓ ਮੇਰੀ ਕੌਮ ਦੇ ਜਵਾਨੋ ਹੁਣ ਯਜ਼ੀਦ ਦੇ ਵਾਰਿਸ ਲੱਭ ਪਏ ਨਾ ਵਿਨਿਆ ਕਿਹੜਾ ਨਹੀਂ ਬੋਲ ਸਕਦਾ ਥੱਕਾ ਹੋਇਆ ਹੋਸੇ ਮਜਲਸਾਂ ਸੁਣ ਸੁਣ ਕੇ ਅੱਜ ਮੌਸਮ ਏਡਾ ਪਿਆਰਾ ਹੈ ਕਿ ਏਡੀ ਗਰਮੀ ਨਹੀਂ ਤਵੱਜੋ ਚਾਸਾਂ ਮੈਂ ਆਖਿਆ ਆਓ ਤੁਹਾਨੂੰ ਸੁਣਾਈਂਦਾ ਨਹੀਂ ਸਿਰ ਵਿਖਾਈਨਾ ਯਜ਼ੀਦ ਦੇ ਵਾਰਿਸ ਕੌਣ ਏ ਅੱਲਾ ਨਾ ਕਰੇ ਖਾਖੀਆਂ ਦਾ ਮਰੇ ਅਤੇ ਉਹਦੀ ਕੁਲਖਾਨੀ ਖਤਮ ਖਾਖੀ ਦੀ ਵਹਿੰਦੇ ਨੇ ਬੋਸਣਾਂ ਦਾ ਮਰੇ ਖਤਮ ਬੋਸਣ ਦੀ ਵਹਿੰਦੇ ਨੇ ਅਵਾਣਾਂ ਦਾ ਮਰੇ ਖਤਮ ਅਵਾਣ ਦੀ ਵਹਿੰਦੇ ਨੇ ਬਲੋਚਾਂ ਦਾ ਮਰੇ ਖਤਮ ਬਲੋਚ ਦੀ ਵਹਿੰਦੇ ਨੇ ਸਿਆਲਾਂ ਦਾ ਮਰੇ ਬਲੋਚ ਸਿਆਲ ਦੀ ਵਹਿੰਦੇ ਨੇ ਗਰਦੇਜ਼ੀਆਂ ਦਾ ਮਰੇ ਖਤਮ ਗਰਦੇਜ਼ੀ ਦੀ ਵਹਿੰਦੇ ਨੇ ਜਿਨ੍ਹਾਂ ਨੇ 12 ਮੁਹਰਮ ਨੂੰ ਕਰਾਚੀਏ 'ਚ ਔਰੰਗਜ਼ੇਬ ਫਾਰੂਕੀ ਨੇ ਯਜ਼ੀਦ ਦਾ ਖਤਮ ਦਿਵਾਇਆ ਹੈ ਉਹ ਹੀ ਤਾਂ ਯਜ਼ੀਦ ਦੇ ਵਾਰਿਸ ਹਨ ਕੋਈ ਪਤਾ ਲੱਗਾ ਯਜ਼ੀਦ ਦੇ ਵਾਰਿਸ ਕੌਣ ਹੈ ਮਿਹਰਬਾਨੀ ਸਰ ਜਿਹੜੇ ਖਤਮ ਪੈਦੀ ਵਹਿੰਦੇ ਨੇ ਜਿਹੜੇ ਯਜ਼ੀਦ ਵਾਲੇ ਕੰਮ ਪੈ ਕਰਦੇ ਨੇ ਉਹਨਾਂ ਨੂੰ ਯਜ਼ੀਦੀ ਖੂਨ ਮਜਬੂਰ ਕਰਦਾ ਹੈ ਬਿਸਮਿਲ੍ਲਾ ਮਿਹਰਬਾਨੀ ਮਿਹਰਬਾਨੀ ਸਰ ਅਰਜ਼ੇ ਕਰਦਾ ਗੁਜ਼ਾਰਿਸ਼ ਏ ਉਠੀਵਣਾ ਹੈ ਹਰ ਬੰਦੇ ਮਾਸ਼ਰ ਵਾਲੇ ਦਿਹਾੜੇ ਇਮਾਮ ਦੇ ਨਾਂ ਨਾਲ ਅਤੇ ਸ਼ਰਾਫਿਕਾ ਅਕਬਰ ਮੁੱਲਾ ਅਲੀ ਕਾਰੀ ਉਹ ਸਾਹਮਣੇ ਬਾਜ਼ਾਰ ਦਰਸੇ ਜਾਂ ਪਤਾ ਚੱਕਰ ਕਿ ਸ਼ਰਾਫਿਕਾ ਅਕਬਰ ਸੁਨੀਆਂ ਦੀ ਮੋਤਬਰ ਕਿਤਾਬ ਉਹ ਲਿਖਦੇ ਨੇ ਸ਼ੀਆਂ ਦੇ ਵੀ 12 ਇਮਾਮ ਹਨ ਸੁਨੀਆਂ ਦੇ ਵੀ 12 ਇਮਾਮ ਹਨ ਕਿਤਾਬ ਸੁਨੀਆਂ ਦੀ ਇਹ ਮੋਤਬਰ ਅਤੇ ਸ਼ਰਾਫਿਕਾ ਅਕਬਰ ਦੇ ਸਫ਼ਾ 16 'ਤੇ ਉਸ ਲਿਖਿਆ ਜਿਹੜੇ ਸੁਨੀਆਂ ਦੇ 12 ਹਨ ਉਹਨਾਂ ਦਾ 6ਵਾਂ ਯਜ਼ੀਦ ਏ ਜਿਹੜੇ ਸ਼ੀਆਂ ਦੇ 12 ਹਨ ਇਹਨਾਂ ਦਾ 6ਵਾਂ ਜਾਫਰ ਸਾਦਿਕ ਏ ਉਠੀਵਣਾ ਹਰ ਕੈ ਇਮਾਮ ਦੇ ਨਾਂ ਨਾਲ ਏ ਜਿਹੜੇ ਯਜ਼ੀਦ ਦਾ ਖਤਮ ਦੀ ਵਹਿੰਦੇ ਨੇ ਉਹਨਾਂ ਉਠੀਵਣਾ ਯਜ਼ੀਦ ਦੇ ਨਾਲ ਜਿਹਦੇ ਯਜ਼ੀਦ ਵਈ ਸੀ ਉਦਾਂ ਹੀ ਖਤਮ ਦੀ ਵਾਹਵਣ ਵਾਲੇ ਵਈ ਸਨ ਸਾਡਾ 6ਵਾਂ ਜਾਫਰ ਸਾਦਿਕ ਏ
ਅਸੀਂ ਉੱਠੀ ਬਣਾ ਜਾਫਰ ਸਾਦਿਕ ਦੇ ਨਾਲ, ਜਿਹਦੇ ਜਾਫਰ ਸਾਦਿਕ ਵੀ ਸੀ, ਉਦਾਂ ਹੀ ਰਜਬ ਦੀ ਬਾਵੀ ਨੂੰ ਉਹਦੀ ਨਿਆਜ਼ ਕੁੰਡੇ ਪਕਾਵਣ ਵਾਲੇ ਵੀ ਸਨ। ਮੈਂ ਜਿਹੜਾ ਟਾਈਮ ਮੈਨੂੰ ਬਾਨੀ ਖਾਕੀ ਸਾਹਿਬ ਮਦਰ ਹੁਸੈਨ ਬਾਈ ਦਿੱਤਾ ਹੈ, ਮੈਂ ਉਸ ਵਿੱਚੋਂ 5-7 ਮਿੰਟ ਹੀ ਛੁੜੇ ਸਾਂ, ਅਤੇ ਉਹ ਤਾਮੀਲ ਮੇਰੇ ਵਾਸਤੇ ਜ਼ਰੂਰੀ ਹੈ। ਬੇਹਮਦਿੱਲਾ ਤੁਹਾਡੀ ਵੀ ਤਾਦਾਦ ਜਿਵੇਂ ਹੁੰਦੀ ਪਈ ਹੈ, ਮੈਂ ਇਮਾਮਤ ਗਾਲੀ ਥਾਈ ਆਈ ਨਾ ਇਬਰਾਹੀਮ ਦਾ ਇਮਤਿਹਾਨ ਲਿਆ, ਕਦੋਂ ਲਿਆ, ਜਦੋਂ ਛੋਟਾ ਜਿਹਾ ਹੀ, 5ਵੀਂ ਦਾ ਇਮਤਿਹਾਨ ਦੇ ਵੀ ਹੈ, ਪਾਸ ਹੋ ਵੀ ਹੈ ਤਾਂ ਬੰਦਾ ਚੌਥੀ ਨਹੀਂ ਬਣਦਾ, ਅੱਛਾ 6ਵੀਂ ਬਣਦਾ, 8ਵੀਂ ਦਾ ਇਮਤਿਹਾਨ ਦੇ ਵੀ ਹੈ, ਪਾਸ ਹੋ ਵੀ ਹੈ ਤਾਂ 7ਵੀਂ ਨਹੀਂ ਚੜ੍ਹਦਾ, 9ਵੀਂ ਬਣਦਾ। ਇਬਰਾਹੀਮ ਤਾਂ ਅੱਗੇ ਰਸੂਲ ਹੈ, ਆ ਸੂਰਜ ਮਿਆਣੀ ਵਾਲੇ ਹੋ, ਇਬਰਾਹੀਮ ਤਾਂ ਅੱਗੇ ਨਬੀ ਹੈ, ਅੱਗੇ ਖਲੀਲ ਵੀ ਹੈ, ਹੋਰ ਇਮਤਿਹਾਨ ਦਿੱਤਾ, ਪਾਸ ਹੋਇਆ। ਅੱਲਾ ਫਰਮਾਇੰਦਾ ਮੈਂ ਤੈਨੂੰ ਬੰਦਿਆਂ ਦਾ ਇਮਾਮ ਬਣਾਇਆ। ਹਾਏ ਹਾਏ ਹਾਏ, ਜਾਂ ਗਰਮੀ ਹੈ ਜਾਂ ਗੱਲ ਸਾਰਿਆਂ ਦੇ ਉੱਤੋਂ ਲੱਗ ਗਈ ਹੈ। ਹੈਦਰੀ ਇਮਾਮਤ ਉਹਦਾ ਹੀ ਐਡਾ ਵੱਡਾ ਹੈ, ਜੁਜ਼ਵੀ ਨਬੂਤ ਨਾਲੋਂ ਵੱਡਾ ਹੈ, ਜ਼ਿੰਮੇਦਾਰੀ ਦੇ ਜੁਮਲੇ ਜੁਜ਼ਵੀ ਰਿਸਾਲਤ ਨਾਲੋਂ ਵੱਡਾ ਹੈ। ਹਾਂ, ਇਮਤਿਹਾਨ ਦੇਵਣ ਵੈਂਦੇ ਪੈਣ, ਇਮਤਿਹਾਨ ਹੋਵੇ ਉਰਦੂ ਦਾ ਸਿਰਫ ਕਲਮ ਕੋਲ ਹੁੰਦਾ, ਪੈਨ ਨਾ, ਛੋਟੇ ਬੱਚਿਓ ਇਮਤਿਹਾਨ ਰਿਆਜ਼ੀ ਦਾ, ਜੁਮੈਟਰੀ ਬਾਕਸ ਵੀ ਹੁੰਦਾ ਹੈ, ਬਾਲ ਛੋਟਾ ਜਿਹਾ ਅੱਗੂ ਬਹਿ ਕੇ ਤਾਈਦ ਬੈਠਾ ਕਰਦਾ ਅੰਗਿਲ ਨਾਲ, ਜੁਮੈਟਰੀ ਬਾਕਸ ਪ੍ਰਕਾਰ ਪੈਮਾਨਾ ਰਬੜ ਫੁੱਟਾ, ਤਾਂ ਕਿ ਗਲਤ ਹੋਵੇ ਲਾਈਨ ਅਤੇ ਡਿੰਗੀ ਸਿੱਧੀ ਰਬੜ ਨਾਲ ਮਿਟਾ ਕੇ ਪੈਨਸਲ ਨਾਲ, ਜਿਹੋ ਜਿਹਾ ਇਮਤਿਹਾਨ ਉਹ ਜਿਹੀਆਂ ਕੋਲ ਚੀਜ਼ਾਂ, ਉਹ ਜਿਹਾ ਸਟੂਡੈਂਟ ਦੇ ਕੋਲ ਅਸ਼ੀਆ, ਮਕਾਮ ਏ ਇਮਤਿਹਾਨ, ਪ੍ਰਾਇਮਰੀ ਨਹੀਂ, ਮਿਡਲ ਨਹੀਂ, ਹਾਈ ਨਹੀਂ, ਜ਼ਕਰੀਆ ਯੂਨੀਵਰਸਿਟੀ ਨਹੀਂ, ਇਮਤਿਹਾਨ ਗਾ ਮਕਾਮ ਏ ਮੀਨਾ ਏ, ਜਿਨ੍ਹਾਂ ਨੂੰ ਸਮਝ ਆਉਂਦੀ ਪਈ ਹੈ ਬੁਲਿਆ ਹੈ ਮਕਾਮ ਏ ਮੀਨਾ। ਹੁਣ ਇੱਕ ਹੱਥ 'ਚ ਰੱਸੀ ਤਾਂ ਛੁਰੀ ਲਈ ਹੈ, ਦੂਵੇ ਹੱਥ 'ਚ ਇਸਮਾਈਲ ਨੂੰ ਲਿਆ, ਇਮਾਮਤ ਦਾ ਇਮਤਿਹਾਨ ਦੇਵਣ ਵੈਂਦੇ, ਅਜਾ ਜਨਾਬ ਨੂੰ ਸਮਝ ਨਹੀਂ ਪਈ ਆਉਂਦੀ, ਇਮਾਮਤ ਦਾ ਇਮਤਿਹਾਨ ਦੇਵਣ ਪੈ ਵੈਂਦੇ ਨੇ। ਬੜੀ ਸੋਹਣੀ ਜਿਹੀ ਸ਼ਕਲ, ਜਿਸ ਦਾੜੀ ਮੁਨਾਈ ਕਦੇ ਨਹੀਂ, ਚਾਦਰ ਅਤੇ ਪੈਂਟ ਬੱਧੀ ਕਦੇ ਨਹੀਂ, ਸਲਵਾਰ ਅਤੇ ਅਕਸਰ ਗਿੱਟਿਆਂ ਤੋਂ ਉੱਤਾਂ, ਅਤੇ ਗਾੜੀ ਦਾੜੀ ਅਕਸਰ ਇੱਥੇ ਸਾਹਮਣੇ ਆ ਕੇ ਪਈ ਆਦੀ, ਅੱਜ ਤਾਈਂ ਪੁੱਤਰ ਕਿਸੇ ਨਹੀਂ ਕੁੱਠੇ, ਇਹਨੂੰ ਜ਼ਿਬਾ ਨਾ ਕਰ। ਇਬਰਾਹੀਮ ਪੜ੍ਹਿਆ ਲਾਹੌਲ ਵਾਲਾ ਕੂਅਤ ਇਲਾ ਬਿੱਲਾ, ਇਹ ਉਥਾਂ ਹੀ ਥੰਮਾਂ 'ਤੇ ਕੌਲਾ ਬਣਿਆ। ਇਬਰਾਹੀਮ ਫਿਰ ਇਮਾਮਤ ਦਾ ਇਮਤਿਹਾਨ ਦੇਵਣ ਕਦਮ 'ਚ ਆਏ, ਇਸ ਦੂਜਾ ਅਟੈਕ ਕੀਤਾ ਇਬਰਾਹੀਮ, ਦੂਈ ਵਾਰੀ ਲਾਹੌਲਾ ਵਾਲਾ ਪੜ੍ਹਿਆ, ਇਹ ਦੂਆ ਕੌਲਾ ਬਣਿਆ। ਇਬਰਾਹੀਮ ਫਿਰ ਕਦਮ 'ਚ ਆਏ, ਤੀਜਾ ਅਟੈਕ, ਤੀਹ ਵਾਰੀ ਲਾਹੌਲ ਵਾਲਾ, ਮੈਂ ਕੁਰਾਨ ਪੜ੍ਹਦਾ ਆਨਾ, ਇਹ ਤੀਜਾ ਕੌਲਾ ਬਣਿਆ। ਇਹ ਸੋਚਿਆ ਨਬੀ ਏ, ਅੱਜ ਇਮਾਮਤ 'ਚੋਂ ਪਾਸ ਹੁੰਦਾ ਹੈ, ਇਹਨੂੰ ਪਤਾ ਲੱਗ ਗਿਆ ਮੈਂ ਇਬਲੀਸ ਹਾਂ, ਤਰਾਏ ਵਾਰੀ ਲਾਹੌਲ ਵਾਲਾ ਪੜ੍ਹੀ ਬੈਠਾ, ਔਰਤਾਂ ਨੂੰ ਅਕਲ ਹੁੰਦੀ ਹੈ ਥੋੜ੍ਹੀ, ਇਹਦੀ ਬੀਵੀ ਨੂੰ ਮੈਂ ਗੁੰਮਰਾਹ ਕਰਦਾ, ਆ ਕੇ ਹਵੇਲੀ ਦਾ ਕੁੰਡਾ ਖੜਕਾਇਆ, ਹਾਜ਼ਰਾ ਦਰ 'ਤੇ ਆਈ ਏ, ਕੌਣ ਅਤੇ ਕਿਵੇਂ, ਤੇਰਾ ਹਮਦਰਦਾ ਆਇਆ ਕਿਵੇਂ, ਘਰ ਵਾਲਾ ਹੋ ਗਿਆ ਹੀ ਬੁੱਢੜਾ, ਉਹਦੇ ਦਿਮਾਗ 'ਚ ਪੈ ਗਿਆ ਖਲਲ, ਪੁੱਤਰ ਨੂੰ ਘੁੱਸਣ ਨਾ ਦੇ, ਵੰਨ ਕੇ ਲੈ ਆ, ਹਾਜ਼ਰਾ ਇਸ ਤਾਂ ਜਿਹਾ ਪੜਿਆ ਲਾਹੌਲ ਵਾਲਾ ਕੂਅਤ। ਬਹੁ ਥੋੜ੍ਹੇ ਬੰਦਿਆਂ ਗੱਲ ਸਮਝੀਏ, ਮੈਂ ਇਸ ਸਿਰੇ ਤੂੰ ਉਸ ਸਿਰੇ ਤਾਂ ਹੀ ਸਮਝਾਵਣੀ ਹੈ। ਹਾਂ ਹਾਂ, ਹੁਣ ਕੌਲਾ ਨਹੀਂ ਬਣਿਆ, ਥੋੜ੍ਹਾ ਜਿਹਾ ਦੂਰ ਹੋ ਖਲੋਤਾ, ਆਦਾ ਪਈ ਪਾਈ ਲਾਹੌਲ ਵਾਲਾ,
ਲੇਕਿਨ ਪਿਛਲੇ ਪਾਰੇ ਦਾ ਪੁੱਤਰ ਇੱਕੋ ਹੀ ਆ, ਮੈਦਾਨ ਮੀਨਾ ਚ ਲੱਗੀ ਵੰਜ, ਪੁੱਤਰ ਨੂੰ ਖਸ ਕੇ ਲੈ ਆ, ਕੁਸਣ ਨਾ ਦੇ। ਹਾਜਰਾ ਉੱਚਾ ਪੜਿਆ ਲਾਹੌਲਾ ਵਾਲਾ ਹੱਥ ਜੋੜ ਕੇ ਆਦਾ ਨਬੀ ਹਾਈ, ਇਮਾਮਤ ਚੂ ਹੀ ਪਾਸ ਹੋ ਗਏ ਉਹ ਸੀ, ਉਹਨੂੰ ਪਤਾ ਲੱਗ ਗਿਆ ਮੈਂ ਇਬਲੀਸ ਹਾਂ, ਔਰਤਾਂ ਨੂੰ ਅਕਲ ਥੋੜ੍ਹੀ ਆਉਂਦੀ ਹੈ, ਤੈਨੂੰ ਕਹਿ ਦੱਸਿਆ ਮੈਂ ਇਬਲੀਸ ਹਾਂ। ਹਾਜਰਾ ਫਰਮੈਂਦੀ ਹੈ ਉੱਥੋਂ ਮੈਨੂੰ ਸ਼ੱਕ ਪਿਆ, ਹੁਣ ਤਾਈਂ ਤੋਂ ਲਿਆ ਮੇਰਾ ਇਮਤਿਹਾਨ, ਹੁਣ ਮੈਂ ਲੈਣਾ ਤੇਰਾ ਇਮਤਿਹਾਨ, ਉੱਥੋਂ ਮੈਨੂੰ ਸ਼ੱਕ ਪਿਆ ਤੇਰੇ ਇਬਲੀਸ ਹੋਵਣ ਦਾ, ਜਿਹੜੇ ਵੇਲੇ ਤੋਂ ਆਖਿਆ ਤੇਰਾ ਘਰ ਵਾਲਾ ਬੁੜੜਾ ਹੋ ਗਿਆ, ਦਿਮਾਗ ਵਿੱਚ ਖਲਲ ਪੈ ਗਿਆ, ਮੈਨੂੰ ਸ਼ੱਕ ਪਿਆ ਤੂੰ ਇਬਲੀਸ ਹੈ। ਜਿਹੜਾ ਵੀ ਨਬੀ ਦੇ ਦਿਮਾਗ ਵਿੱਚ ਖਲਲ ਸਮਝੇ ਉਹ ਤਾਂ ਹੁੰਦਾ ਇਬਲੀਸ। ਸੁਪਰਲੇਟਿਵ ਡਿਗਰੀ ਸਲੀਸ ਕਰਾਂ, ਜਨਾਬ ਹਾਜ਼ਰਾ ਫਰਮੈਂਦੀ ਹੈ ਇੱਥੇ ਪਿਆ ਸ਼ੱਕ, ਪੱਕ ਕਦੋਂ ਹੋਇਆ ਤੂੰ ਇਬਲੀਸ ਹੈ? ਯਕੀਨ ਦੀਆਂ ਅਰਬੀ ਹੈ ਚਾਰ ਡਿਗਰੀਆਂ, ਬਾਕੀ ਹਰ ਡਿਕਸ਼ਨਰੀ ਵਿੱਚ ਇੰਗਲਿਸ਼ ਹੈ, ਫਾਰਸੀ ਹੈ, ਉਰਦੂ ਹੈ, ਪੰਜਾਬੀ ਹੈ, ਤਿੰਨ ਡਿਗਰੀਆਂ, ਗੁੱਡ ਬੈਟਰ ਬੈਸਟ, ਬੇਹ ਬਿਹਤਰੀਨ, ਬੇਹ ਬਿਹਤਰ ਬਿਹਤਰੀਨ, ਕੰਮ ਕਮਤਰ ਕਮਤਰੀਨ, ਅੱਛਾ ਬਹੁਤ ਅੱਛਾ, ਬਹੁਤ ਹੀ ਅੱਛਾ, ਕੂੜਾ ਵੱਡਾ ਕੂੜਾ, ਟੱਲਾਂ ਵਾਲਾ ਕੂੜਾ। ਅਰਬੀ ਹੈ ਯਕੀਨ ਦੀਆਂ ਚਾਰ ਡਿਗਰੀਆਂ, ਯਕੀਨ, ਇਲਮੁਲ ਯਕੀਨ, ਐਨੁਲ ਯਕੀਨ, ਹੱਕੁਲ ਯਕੀਨ। ਹਾਜ਼ਰਾ ਫਰਮੈਂਦੀ ਹੈ ਹੱਕੁਲ ਯਕੀਨ ਦੀ ਡਿਗਰੀ 'ਤੇ ਉਸੇ ਲਈ ਪਹੁੰਚੀਆਂ, ਤੂੰ ਆ ਤਾਂ ਇਬਲੀਸ ਹੈ, ਬੋਲ ਨਾ ਬੋਲ, ਜ਼ੁਬਾਨ ਤੇਰੇ ਕੰਟਰੋਲ 'ਚ, ਮੈਨੂੰ ਪੱਕ ਉਸਲੇ ਹੋਇਆ ਹੈ, ਯਕੀਨ ਉਸਲੇ ਹੋਇਆ ਹੈ, ਤੂੰ ਆ ਇਬਲੀਸ ਹੈ। ਜਿਹੜਾ ਵੀ ਨਬੀ ਦੀ ਬੀਵੀ ਨੂੰ ਮੈਦਾਨ ਵਿੱਚ ਵੰਜਣ ਦੀ ਸਲਾਹ ਦੇਵੇ ਉਸੇ ਦਾ ਨਾਂ ਤਾਂ ਇਬਲੀਸ ਥੀਂਦੇ। ਪਦ ਮੈਂ ਵੀ ਕਰਨਾ ਕਬੀਰ ਆਲਾ ਤ੍ਰਿਜੀ ਮਜਲਸ, ਉਸ ਤੋਂ ਅੱਗਾਂ ਮੈਨੂੰ ਸਿੱਖ ਨਾ ਰਹੇ, ਬੈਠੇ ਖੁਸ਼ ਹਨ, ਸੁਣਿਆ ਚੰਗਾ ਹੀ ਨੇ, ਪਰ ਵਿੱਚੋਂ ਕੁਝ ਬੰਦੇ ਅਲੀ ਦਾ ਨਾਰਾ ਚਾਵਣ ਤੂੰ ਨਾ ਮਾਰਨ ਤੂੰ ਪਾੜਾ ਪੈ ਕਰਦੇ ਹਨ। ਵੇਨੇ ਆ ਕਿਹੜਾ ਹੁਣ ਵੀ ਪਾੜਾ ਕਰਦਾ ਹੈ, ਨਾਮੇ ਅਲੀ ਚਾਵਣ ਸਿਰਫ ਇਬਾਦਤ ਹੀ ਨਹੀਂ, ਸ਼ੀਆ ਸੁੰਨੀ ਮੋਤਬਰ ਕਿਤਾਬਾਂ 'ਚ ਵਿਖਾ ਸਕਣਾ, ਅਲੀ ਦਾ ਨਾਂ ਚਾਹ ਕੇ ਅੱਗੇ ਪਿੱਛੇ ਸੱਜੇ ਖੱਬੇ ਚਿਹਰਿਆਂ ਨੂੰ ਵੇਖਿਆ ਪਤਾ ਲੱਗਦਾ ਹੈ ਹਲਾਲੀ ਕਿਹੜਾ ਹੈ ਹਰਾਮੀ ਕਿਹੜਾ ਹੈ। ਸੱਲੇ ਆਲਾ ਆਲੇ ਮੁਹੰਮਦ। ਅੱਛਾ ਇਗਜ਼ਾਮੀਨੇਸ਼ਨ ਹਾਲ ਆ ਗਿਆ ਮਕਾਮੇ ਮੀਨਾ, ਇਮਾਮਤ ਦਾ ਇਮਤਿਹਾਨ ਸ਼ੁਰੂ ਥੀਂਦਾ ਪਏ। ਇੱਦੂ ਪੋਤਰੇ ਅੱਖੀ 'ਤੇ ਪੱਟੀ ਏ, ਹੱਥਾਂ 'ਤੇ ਰੱਸੀ ਏ, ਛੁਰੀ 'ਚ ਆਈਏ, ਗਲੇ 'ਤੇ ਰੱਖੀ, ਹੱਥ ਕੰਬੇ ਨਹੀਂ, ਲਰਜ਼ਾ ਨਹੀਂ ਤਾਰੀ ਹੋਇਆ, ਪਿਓ ਪੁੱਤਰ ਡਰੇ ਨਹੀਂ, ਘਬਰਾਏ ਨਹੀਂ, ਖੂਨ ਨਿਕਲਿਆ ਨਹੀਂ, ਰਗਾਂ ਕੱਟੀਆਂ ਨਹੀਂ, ਸਿਰਫ ਡੇਢ ਦੋ ਮਿੰਟ ਛੁਰੀ ਰੱਖੀ ਏ ਪੁੱਤਰ ਦੇ ਗਲ 'ਤੇ, ਛੁਰੀ ਰੱਖਣ ਵਾਲਾ ਦੋ ਮਿੰਟ, ਇਬਰਾਹੀਮ ਇਬਰਾਹੀਮ ਨਹੀਂ ਰਿਹਾ, ਖਲੀਲੁੱਲਾ ਬਣਿਆ ਹੈ। ਅੱਲਾ ਦੇ ਨਾਂ 'ਤੇ ਗੱਲ ਸਮਝ, ਬੋਲਣਾ ਤੇਰਾ ਮਿਜ਼ਾਜ ਏ। ਦੋ ਮਿੰਟ ਪੁੱਤਰ ਦੇ ਗਲ 'ਤੇ ਛੁਰੀ ਰੱਖਣ ਵਾਲਾ ਇਬਰਾਹੀਮ ਇਬਰਾਹੀਮ ਨਹੀਂ ਰਿਹਾ,
ਖਲੀਲੁੱਲਾ ਬਣ ਗਿਆ ਹੈ। ਦੋ ਮਿੰਟ ਜਿਹਦੇ ਗਲੇ 'ਤੇ ਛੁਰੀ ਪਈ ਰਹੀ ਹੈ, ਇਸਮਾਈਲ ਇਸਮਾਈਲ ਨਹੀਂ ਰਿਹਾ, ਜ਼ਬੀਉੱਲਾ ਬਣਿਆ। ਜਿਹੜਾ ਅਲੀ ਤੀਰਾਂ ਤਲਵਾਰਾਂ ਵਾਲੇ ਔਖੇ ਬਿਸਤਰੇ 'ਤੇ ਮੁਹੰਮਦ ਦੇ 'ਤੇ ਸਾਰੀ ਰਾਤ ਹਿਜਰਤ ਅਲੀ ਤਸੱਲੀ ਨਾਲ ਸੁੱਤਾ ਹੈ, ਉਹ ਅਲੀ ਸਿਰਫ ਅਲੀ ਉਨ ਵਲੀਉੱਲਾ ਵੀ ਨਹੀਂ ਬਣ ਸਕਦਾ। ਬੇਸ਼ੱਕ ਅਲੀ ਉਨ ਵਲੀਉੱਲਾ ਅਜ਼ੀਜ਼ ਆਖਿਆ ਹੈ। ਮੈਂ ਇਹ ਨਹੀਂ ਵੀ ਕੋਈ ਜਿਹੜੀ ਰੱਟੀ ਹੋਈ ਹੋਵੇ ਉਹ ਤੁਹਾਨੂੰ ਸੁਣਾਉਣੀ ਹੈ। ਸੋਸ਼ਲ ਮੀਡੀਆ ਵੇਖ, ਜਿੱਥੇ ਇੱਕ ਹਕੀਕਤ ਹੈ, ਜਿੱਥੇ ਤੁਹਾਡੇ ਇਤਨੇ ਮੌਲਵੀ ਰਲ ਕੇ ਅਤੇ ਜ਼ਾਕਿਰ ਪੈਗਾਮ ਨਹੀਂ ਪਹੁੰਚਾ ਸਕੇ, ਇਸ ਪੁਰਜ਼ੇ ਪਹੁੰਚਾਇਆ ਹੈ। ਮਨ ਵੰਜਣ ਹੱਕ ਹੈ। ਅਲਾਮਾ ਤਾਰਿਕ ਜਮੀਲ, ਮੈਂ ਮੁਹਰਮ ਰੋਜ਼ ਉਹਦੇ ਬੂਹੇ ਤੂੰ ਲੱਗ ਕੇ ਅੱਗਾਂ ਅਤੇ ਹਰਾਜਾਂ ਕੋਲ ਵੰਜ ਕੇ ਪੜ੍ਹਦਾ ਰਿਹਾ, ਤੂੰ ਲੰਬੇ ਉਹਦੇ ਬੂਹੇ ਤੂੰ ਤਾਰਿਕ ਜਮੀਲ ਦੇ, ਉਹ ਇਸੇ ਸੋਸ਼ਲ ਮੀਡੀਆ 'ਚ ਪਿਆਦਾ ਹੈ। ਆਜ ਕੇ ਬਾਅਦ ਅਲੀ ਕੋ ਹਜ਼ਰਤ ਅਲੀ ਨਾ ਕਹਾ ਕਰੋ। ਇਦੂ ਆਵਾਜ਼ ਆਈ ਹੈ, ਆਜ ਕੇ ਬਾਅਦ ਅਲੀ ਕੋ ਐਸੇ 'ਚ ਮੌਜੂਦ ਹੈ। ਕੋਈ ਕਿਤਾਬ ਨਹੀਂ ਜਿਹੜੀ ਸ਼ਾਇਦ ਤਾਈ ਨਾ ਲੱਭੇ, ਇਸ ਵਿੱਚ ਕਲਿੱਪ ਵੇਖ ਲਵੀ ਅਲਾਮਾ ਤਾਰਿਕ ਜਮੀਲ ਦਿਓਬੰਦੀ ਦਾ। ਆਜ ਸੇ ਅਲੀ ਕੋ ਸਿਰਫ ਹਜ਼ਰਤ ਅਲੀ ਨਾ ਕਹਾ ਕਰੋ, ਉਹਨੇ ਮੌਲਾ ਅਲੀ ਕਹਾ ਕਰੋ। ਜਿਸ ਕੋ ਮਕਾਮ ਖੁਮ ਗਦੀਰ ਪੇ ਬਾਜ਼ੂ ਮੇ ਬਾਜ਼ੂ ਸਵਾ ਲਾਖ ਕੇ ਮਜਮੇ ਮੇ ਨਬੀ ਫਰਮਾਏ ਮਨ ਕੁਨ ਤੋ ਮੌਲਾ ਹੋ ਫਹਾਜ਼ਾ ਅਲੀ ਉਨ ਮੌਲਾ। ਜਿਸ ਅਲੀ ਕੋ ਨਬੀ ਵਲੀ ਔਰ ਮੌਲਾ ਕਹੇ ਉਸੇ ਹਮ ਕਿਉਂ ਨਾ ਮੌਲਾ ਅਲੀ ਕਹੇ। ਬੰਦੇ ਦਾ ਪੁੱਤਰ ਬਣ, ਹੁਣ ਤਾਂ ਆਖਸ਼ਾ ਅਲੀ ਮੌਲਾ। ਅੱਛਾ ਨਹੀਂ ਸਮਝ ਆਈ, ਪਤਾ ਨਹੀਂ ਕਹਿ ਕਿਹੜੇ ਵੇਲੇ ਆਖਿਆ ਹੈ। ਉਹ ਅਜ਼ਾਨ ਵਿੱਚ ਖੈਰੋ ਮਿਨਨ ਨੌਮ ਆਖਣ ਲੱਗ ਗਿਆ ਹੈ, ਅਤੇ ਜਿਹੜਾ ਸਵਾ ਲੱਖ ਦੇ ਮਜਮੇ 'ਚ ਇਹ ਗੱਲ, ਮੈਂ ਦੌਲਤ ਗੇਟ, ਮੈਂ ਤੇਰਾ ਜਨਾਬ ਪਹਿਲਾ ਮਹੱਲਾ ਜੇਕ ਇਦੋਂ ਉਦੋਂ ਮੁਜ਼ੱਫਰਗੜ੍ਹ ਅਲੀਪੁਰ ਪੁੱਛਦਾ ਪੁੱਛਦਾ ਮੈਂ ਲਗਾ ਗਿਆ ਮੱਕਾ ਅਤੇ ਮਦੀਨਾ। ਉਹਨਾਂ ਤੋਂ ਮੈਂ ਪੁੱਛਿਆ ਇਹ ਕਿਹੜੀ ਰਿਵਾਇਤ ਹੈ ਕਿ ਅਲੀ ਦੇ ਬਾਬੇ ਨਾਊਜ਼ ਬਿੱਲਾ ਅਬੂ ਤਾਲਿਬ ਕਲਮਾ ਨਹੀਂ ਪੜ੍ਹਿਆ। ਇੱਥੋਂ ਲੈ ਕੇ ਉੱਥੋਂ ਤਾਂ ਇੱਕੋ ਰਿਵਾਇਤ ਦੱਸੀ ਨੇ, ਅਖੇ ਆਖਰੀ ਵੇਲੇ ਵੀ ਅਬੂ ਤਾਲਿਬ ਦੇ ਕੰਨ 'ਚ ਆਖਿਆ ਕਲਮਾ ਪੜ੍ਹ ਲੈ, ਅਬੂ ਤਾਲਿਬ ਤਾਂ ਵੀ ਨਾ ਪੜ੍ਹਿਆ। ਹੁਣ ਗੱਲ ਗੌਰ ਤਲਬ ਹੈ, ਆਖਿਆ ਨਬੀ ਨੇ ਕੰਨ 'ਚ, ਗੱਲ ਪਰਦੇਦਾਰਾਂ ਦੀ ਹੈ ਅਤੇ ਹਵੇਲੀ ਦੀ ਅਤੇ ਅਰਬ ਦੀ ਹੈ, ਕੰਨ ਦੀ ਕੀਤੀ ਹੋਈ ਗੱਲ ਪਰਦੇਦਾਰਾਂ ਦੀ, ਇੱਥੋਂ ਤਾਂ ਹੀ ਅੱਪੜ ਆਈ ਹੈ। ਅਤੇ ਜਿਹੜੀ ਚਿੱਟੇ ਦਿਆਂ ਸਵਾ ਲੱਖ ਦੇ ਮਜਮੇ 'ਚ ਹੱਥ 'ਚ ਹੱਥ ਪਾ ਕੇ ਮਨ ਕੁਨ ਤੋਂ ਮੌਲਾ ਫਰਮਾਇਆ, ਸੋ ਗੱਲ ਤੇਰੇ ਕੰਨਾਂ 'ਤੇ ਨਹੀਂ ਪਈ ਪਹੁੰਚਦੀ। 18 ਨਾਲ ਪੜ੍ਹ ਵੀਨਾ ਗਦੀਰ, ਅਲੀਹਦਾ ਮਿੰਬਰ ਵੀ ਹੁੰਦਾ ਹੈ, ਅਲੀ ਨੂੰ ਅਲੀਹਦਾ ਮਿੰਬਰ ਲਵਾ ਕੇ ਦਿੱਤਾ, ਸਵਾ ਲੱਖ ਨੂੰ ਹੁਕਮ ਦਿੱਤਾ ਮੁਬਾਰਕ ਦਿਓ, ਦੂਜੇ ਖਲੀਫੇ ਮੁਸਲਮਾਨਾਂ ਦੇ ਦੂਜੇ ਖਲੀਫੇ, ਇਹਨਾਂ ਲਫਜ਼ਾਂ ਨਾਲ ਮੁਬਾਰਕ ਦਿੱਤੀ। ਬਖਨ ਬਖਨ ਲਕ ਯਾ ਅਮੀਰ ਅਲ ਮੋਮਿਨੀਨ ਅੰਤਾ ਮੌਲਾ ਵ ਮੌਲਾ ਕੁੱਲੋ ਮੋਮਿਨਨ ਵ ਕੁੱਲੋ ਮੋਮਿਨਤਿਨ। ਅਲੀ ਮੁਬਾਰਕ ਹੋਵੇ, ਅੱਜ ਤੋਂ ਬਾਅਦ ਤੂੰ ਮੇਰੇ ਸਮੇਤ ਹਰ ਮੋਮਿਨ ਮਰਦ ਦਾ ਵੀ ਮੌਲਾ ਹੈ, ਹਰ ਮੋਮਿਨਾ ਮਸਤੂਰ ਦਾ ਵੀ ਮੌਲਾ ਹੈ। ਹੁਣ ਇੱਥੇ ਦੂਜੀ ਰੁਬਾਈ ਸੁਣਾਵਣਾ ਚਾਹੁੰਦਾ, ਸੁਣਾਵਣਾ ਗਦੀਰ ਦੀ ਚਾਹੁੰਦਾ। ਵੇਨੇ ਆ ਕਿਹਦਾ ਹਾਂ ਠਰਦਾ ਹੈ ਅਤੇ ਕਿਹਦਾ ਤਾਲੂ ਸੜਦਾ ਹੈ।
ਉਸ ਜਦੋਂ ਮੁਬਾਰਕ ਦਿੱਤੀ ਹੈ ਕਿਸੇ ਜਨਤੀ ਸ਼ਾਇਰ ਦੀ ਰੂਹ ਮੌਜੂਦ ਆਈ, ਸੋਨੇ ਦੀ ਕਲਮ ਚਾਹ ਕੇ ਰੁਬਾਈ ਲਿਖੀ ਹੈ, ਉਹ ਪਿਆਦਾ ਹੈ ਲੌਲਾ ਕਹਿ ਕੇ ਲਾ ਇਲਮੀ ਕਾ ਜੋ ਇਕਰਾਰ ਕਰਤੇ ਹੈ, ਮੁਬਾਰਕਬਾਦ ਵੀ ਕਹਤੇ ਹੈ ਫਿਰ ਇਨਕਾਰ ਕਰਤੇ ਹੈ। ਅਰੇ ਨੀਯਤ ਸੇ ਮੂੰਹ ਤੋ ਕਰ ਲਿਆ ਕਾਬਾ ਕੀ ਸਿਮਤ ਕੋ, ਵਿਲਾਇਤ ਜਬ ਯਾਦ ਆਤੀ ਹੈ ਤੋ ਫਿਰ ਇਨਕਾਰ ਕਰਤੇ ਹੈ। ਅਲੀ ਦੀ ਜ਼ਾਤ 'ਤੇ ਖੁੱਲ੍ਹੀ ਪੇਸ਼ਾਨੀ ਨਾਲ ਉੱਚੇ ਆਵਾਜ਼ ਨਾਲ ਸਲਵਾਤ ਪੜ੍ਹੋ। ਪੈਂਤੀ ਮਿੰਟ ਹੋ ਗਏ ਮੈਨੂੰ ਪੜ੍ਹਦਿਆਂ, 37 ਮਿੰਟ ਹੀ ਆਖਿਆ ਜਾ ਸਕਦਾ। ਇਹ ਕਲੇ ਦਾ ਬਾਤ ਹੈ ਕਿ ਮੈਂ ਜਨਾਬ ਨੂੰ ਪਤਾ ਨਹੀਂ ਲੱਗਣ ਦਿੱਤਾ, ਜਨਾਬ ਦੀ ਬਹੁਤ ਜ਼ਿਆਦਾ ਮਿਹਰਬਾਨੀ ਹੈ। ਅਰਜ਼ੇ ਕਰਦਾ ਇਹ ਕਿਹੜੀ ਗਰਮੀ ਹੈ ਜਿਹੜੀ ਕਰਬਲਾ ਜੁਮੇ ਦੇ ਦਿਹਾੜੇ 21 ਹਿਜਰੀ 10 ਮੁਹੱਰਮ ਨੂੰ ਹਾਈ। ਬਿਸਮਿਲ੍ਲਾ ਬਿਸਮਿਲ੍ਲਾ ਕਰਬਲਾ ਦਾ ਨਾਂ ਚ ਆਇਆ ਹੈ ਮਾਤਮ, ਅਤੇ ਹੰਝੂ ਅਤੇ ਢਾਹ ਨਿਕਲ ਪਈ ਅਜਰੋ ਕੋਮਲ ਅੱਲਾ। ਬਿਸਮਿਲ੍ਲਾ 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 ਕਰਾਂ ਜ਼ਿਆਰਤਾਂ ਤੂੰ ਆਉਂਦੇ ਪਏ ਜਾਫਰਾਬਾਦ ਸਿੰਧ ਵਿੱਚ, ਪੁਲਿਸ ਆਈ ਅਸੀਂ ਬੱਸ ਦੀ ਤਲਾਸ਼ੀ ਲੈਣੀ ਹੈ, ਬਸ ਅਸੀਂ ਆਪਣੀ ਲੈ ਗਏ ਸਈਦ ਹੀ ਮੇਰੇ ਨਾਲ। ਮੈਂ ਆਖਿਆ ਲਵੋ ਕਿੱਥੋਂ ਆਏ ਹੋ ਕਰਬਲਾ, ਸਿਪਾਹੀ ਬਣ ਕੇ ਦੱਸਿਆ DSP ਇੰਸਪੈਕਟਰ ਫੁੱਲ ਅਤੇ ਵਰਦੀ ਅਤੇ ਟੋਪੀ ਬੱਸ ਵਿੱਚ, ਮੈਂ ਇੱਧਰੋਂ ਆ ਕੇ ਪੁੱਛਦੇ ਨੇ ਤੁਸੀਂ ਕਿੱਥੋਂ ਆਏ ਹੋ। ਅਲਮਾ ਦੇ ਸਾਹਮਣੇ ਮਿੰਬਰ ਰਸੂਲ 'ਤੇ ਮੈਂ ਕਸਮ ਕਦੇ ਨਹੀਂ ਚਾਹੀ, ਇਸ ਤੋਂ ਵੱਡੀ ਵੀ ਕੋਈ ਕਸਮ ਹੈ। ਜਦੋਂ ਉਹਨਾਂ ਪੁੱਛਿਆ ਨਾ ਕਿੱਥੋਂ ਆਇਓ, ਮੈਂ ਆਖਿਆ ਕਰਬਲਾ, ਕਾਲੇ ਕੱਪੜਿਆਂ ਲਿਓ ਮੇਰਾ ਕਰਬਲਾ ਆਖਣਾ ਆਈ, ਟਿੱਪੇ ਮਾਰ ਕੇ ਉਹਨਾਂ ਦੀਆਂ ਅੱਖੀ 'ਚੋਂ ਹੰਝੂ ਆ ਗਈਆਂ, ਟੋਪੀ ਲਾਹ ਸੱਟੀ ਇਸ ਕਮਰ ਨਿਵਾ ਕੇ ਰੋ ਕੇ ਹੰਝੂ ਸੱਟ ਕੇ ਮੈਦਰੂ ਪੁੱਛਦਾ ਤੁਸੀਂ ਕਰਬਲਾ 'ਚੋਂ ਆਏ ਹੋ। ਹਾਏ ਓ ਕਰਬਲਾ, ਬਿਸਮਿਲ੍ਲਾ ਬਿਸਮਿਲ੍ਲਾ, ਹੁਸੈਨ ਦੀ ਕਰਬਲਾ 'ਤੇ ਮਿਹਨਤ ਹੀ ਐਡੀ ਹੋਈ ਹੈ। ਹਾਏ ਓ ਕਰਬਲਾ, ਜਦੋਂ ਗਰੀਬ ਦਾ ਕੋਈ ਨੇਸ ਰਹਿ ਗਿਆ, ਜੁਮਲਾ ਮੈਂ ਆਖ ਗਿਆ ਲੰਬਾ ਮਸਾਹਿਬ ਨਹੀਂ ਮੁਨਾਸਿਬ ਜਿਹੀ ਹਾਜ਼ਰੀ, ਜਦੋਂ ਕੋਈ ਨਿਸ ਰਹਿ ਗਿਆ ਕੋਈ ਨਬੀ ਹੋਵੇ ਤਾਂ ਭਾਵੇਂ ਇਮਾਮ, ਔਖੇ ਲਈ ਯਾਦ ਬਹਿਣਾ ਆਉਂਦੀਆਂ। ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਕਰਾਂ, ਬਹਿਣ ਦੇ ਖੈਮੇ ਦੇ ਦਰਵਾਜ਼ੇ 'ਤੇ ਆਇਆ ਹੈ, ਆ ਕੇ ਸਲਾਮ ਕਰਕੇ ਯਾ ਉਖਤੀ ਜ਼ੈਨਬ ਈ ਤੀ ਨੀ ਬਸੋ ਬਿਨ ਅਤੀਕਿਨ, ਮੇਰੀ ਜ਼ੈਨਬ ਬੇਣ ਮੈਨੂੰ ਪੁਰਾਣੀ ਪੌਸ਼ਾਕ ਚਾ ਦੇ। ਬਿਸਮਿਲ੍ਲਾ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਕਰਾਂ, ਅੱਜ ਦਾ ਦੇ ਕੋਈ 10ਵੀਂ ਮੁਹੱਰਮ ਤੂੰ ਘੱਟ ਹੈ, ਬੋਲੋ ਤਾਂ ਸਹੀ ਨਹੀਂ, ਅੱਜ ਨਾ ਰੋ ਸਕਸੇ ਤਾਂ ਕਦਾਂ। ਮੇਰੀ ਭੈਣ ਮੈਨੂੰ ਪੁਰਾਣੀ ਪੌਸ਼ਾਕ ਚਾ, ਹੁਸੈਨ ਜੁਮਲੇ ਆਖਿਨ ਭੈਣ ਰੋਵੇਂ ਲੱਗ ਗਈ ਹੈ, ਸ਼ਬੀਰ ਦੀਆਂ ਹੀ ਅੱਖੀਂ ਵਸ ਪਈਆਂ ਨੇ ਰੋਂਦੀਆਂ ਭੈਣ ਨੂੰ ਵੇਖ ਕੇ, ਆਦਾ ਮੰਗੀ ਪੌਸ਼ਾਕ ਹੈ ਰੋਵੇਂ ਲੱਗ ਪਈ, ਜੇ ਰੋ ਸਕੇ ਬਿਰਾ ਪਿਆ ਆਦਾ ਜਿਹੜੇ ਲੈ ਤੇਰੇ ਖੈਮੇ ਦੇ ਲਾਂਦਾ ਪਿਆ, ਉਹਨੇ ਦਾ ਕਲਮਾ ਪੜ੍ਹਨ ਨਾਲ ਆਪਣੇ ਮੂੰਹ 'ਚੋਂ ਮਸਾਹਿਬ ਦੇ ਜੁਮਲੇ ਸੁਣ ਕੇ ਰੋਵਣ ਦਾ ਆਦੀ ਹੈ। ਇਮਾਮ ਦੇ ਤਰਾ ਇਸ 'ਤੇ ਗਾਸੇ ਨਾ ਸੁਣਾਵਾਂ ਚਾ, ਹੁਸੈਨ ਟਿੱਬੇ 'ਤੇ ਚੜਿਆ ਖਲੋਤਾ ਦੋਵੇਂ ਬਾਈ ਸਿਰ 'ਤੇ ਚ ਰੱਖੀਆਂ, ਫਰਮੇਂਦਾ ਹੈ
ਹਲ ਮੈਂ ਨਾ ਸਿਰ ਜਨ ਸੁਰੋ ਨਾ ਹੇ ਕੋਈ ਮੈਂ ਗਰੀਬ ਦੀ ਮਦਦ ਕਰਨ ਵਾਲਾ ਹਾਏ ਹੁਸੈਨ ਤੇਰੀ ਗਰੀਬੀ ਦੂਜਾ ਇਸਤਗਾਸਾ ਇਸ ਤੋਂ ਦੁੱਖਾ ਹਲ ਮੈਂ ਜ਼ਾਬੇ ਯਜ਼ੁਬੂ ਅਨ ਹਰਮ ਰਸੂਲ ਇੱਲਾ ਹੇ ਕੋਈ ਜ਼ਹਰਾ ਦੀਆਂ ਧੀਆਂ ਦੇ ਬੁਰਕੇ ਬਚਾਵਣ ਵਾਲਾ ਹਲ ਮੈਂ ਮੋਈਨ ਯੂਈਨ ਨਾ ਹੇ ਕੋਈ ਮੇਰੀ ਇਆਨਤ ਕਰਨ ਵਾਲਾ ਜਦੋਂ ਭੈਣ ਪੁਰਾਣੀਆਂ ਪੌਸ਼ਾਕਾਂ ਵਿਖਾਈਆਂ ਇੱਕ ਨੂੰ ਤਾਰੋ ਤਾਰ ਕੀਤਾ ਤਮਹੀਦਾਂ ਮੁੱਕ ਗਈਆਂ ਮਜ਼ਮੂਨ ਸ਼ੁਰੂ ਹੁਸੈਨ ਕਿੱਥੇ ਆਇਆ ਹੈ ਜਿਹੜਾ ਮੁਰਤਜੇਜ਼ ਹੈ ਜਿਹੜਾ ਮੁਜੱਲੀ ਦਾ ਪੁੱਤਰ ਹੈ ਜਿਹਦੀ ਮਾਂ ਨੂੰ ਹੁਸੈਨ ਦੀ ਮਾਂ ਆਪਣੇ ਦਰਵਾਜ਼ੇ 'ਤੇ ਛੱਡ ਕੇ ਬਾਜ਼ ਆਦਿਨ ਆਪਣੇ ਸਿਰ ਵਾਲੀ ਚਾਦਰ 'ਤੇ ਬਾਜ਼ ਲਿਖਦੇ ਨੇ ਝੋਲੀ 'ਚ ਦਾਣੇ ਹੀ ਖਵਾਵੇ ਆ ਮੈਂ ਥੱਕਦਾ ਤਾਂ ਨਾ ਪਿਆ ਮੈਂ ਕੁਝ ਸੁਚੇਂਦਾ ਤਾਂ ਨਾ ਖਲੋਤਾ ਉਹਦੀਆਂ ਜਾਦਾਂ ਵਾਲੇ ਵਾਲਾਂ 'ਤੇ ਹੱਥ ਗਰਦਨ ਵਾਲੇ 'ਤੇ ਫੇਰ ਕੇ ਆਖਿਆ ਮੇਰੀ ਝੋਲੀ 'ਚ ਦਾਣੇ ਖਾਵਣ ਦਾ ਵਾਸਤਾ ਹੀ ਮੇਰਾ ਹੁਸੈਨ ਵੱਡਾ ਨਫੀਸ ਮਿਜ਼ਾਜ ਬਿਸਮਿਲ੍ਲਾ ਅਜਰੋ ਕੋ ਮਲੱਲਾ ਅਜਰੋ ਕੋ ਮਲੱਲਾ ਇਮਾਮ ਤੇਰੀਆਂ ਢਾਈ ਕੂਕਾ ਪਸੰਦ ਫਰਮਾਵੇ ਕਬੂਲ ਫਰਮਾਵੇ ਰੋਵਣ ਵਾਲਿਆ ਆਇਆ ਹੈ ਉਸ ਲਈ ਅਜੇ ਜ਼ੁਲ ਜਨਾਨ ਆਈ ਘੋੜਾ ਹਾਈ ਫਰਮੇ ਦਿਨ ਅਕਬਰ ਟੁਰਿਆ ਹੈ ਮੇਰੀ ਅੱਖੀ ਦਾ ਨੂਰ ਮੁੱਕ ਗਿਆ ਹੈ ਮੇਰਾ ਅੱਬਾਸ ਟੁਰਿਆ ਹੈ ਮੇਰੀ ਕਮਰ ਦਾ ਜ਼ੋਰ ਤਰੁੱਟ ਗਿਆ ਹੈ ਕਿਤੇ ਗਏ ਹੋ ਮੇਰੇ ਸ਼ੇਰਾਂ ਅੱਗੇ ਸੱਡ ਮਾਰਾਂ ਕੋਈ ਸੱਜਿਓ ਕੋਈ ਖੱਬਿਓ ਇਮਾਮ ਫਰਮੇ ਦਿਨ ਮੇਰੀ ਮਾਂ ਦੀ ਝੋਲੀ 'ਚ ਦਾਣੇ ਖਾਵਣ ਦਾ ਵਾਸਤਾ ਹੀ ਤੈਨੂੰ ਤੇਰੀ ਮਾਂ ਦਾ ਸਦਕਾ ਮੇਰੇ 'ਚ ਤਾਕਤ ਨਹੀਂ ਰਹਿ ਗਈ ਥੋੜ੍ਹਾ ਜਿਹਾ ਆਸਰਾ ਦੇ ਮੈਂ ਤੇਰੇ 'ਤੇ ਸਵਾਰ ਹੋਵਾਂ ਘੋੜੇ ਲਾਇਆ ਹੈ ਪਾਸਾ ਸ਼ਬੀਰ ਹੋਇਆ ਹੈ ਸਵਾਰ ਗੋਸ਼ਤ ਦੇ ਬੁੱਝਣ ਦੀ ਆਈ ਹੈ ਖੁਸ਼ਬੋ ਸ਼ੁਮਾਲਨ ਜਨੂਬਨ ਸੁਣ ਕੇ ਫਰਮੇ ਦਿਨ ਕੌਣ ਹੈ ਔਖੇ ਵੇਲੇ ਇੱਥੇ ਗੋਸ਼ਤ ਦੇ ਪਕਾਵਣ ਵਾਲਾ ਰੋਸ ਅੱਗੇ ਘੋੜੇ ਦੀ ਹਿਣਕ ਆਈ ਹੈ ਅੱਖੀ 'ਚੋਂ ਹੰਝੂ ਆਈਆਂ ਹਿਣਕ ਮਾਰ ਕੇ ਆਦਾ ਗੋਸ਼ਤ ਕਹਿ ਨਹੀਂ ਪਕਾਇਆ ਇਹ ਰੇਤ ਇਤਨੀ ਗਰਮ ਹੈ ਜਿਹੜੇ ਵੇਲੇ ਦਾ ਮੇਰਾ ਪਾਸਾ ਲੱਗਾ ਹੈ ਮੇਰਾ ਗੋਸ਼ਤ ਵੈਂਦਾ ਭੁੱਜਦਾ ਹੈ ਤੇਰੀ ਤਮਾ ਚੱਕੀਆਂ ਪੀ ਪੀ ਕੇ ਵੱਡਾ ਔਖਾ ਪਾਲਿਆ ਹੈ ਸ਼ਬੀਰ ਸਵਾਰ ਹੋਇਆ ਫੁਰਾਤ ਦਾ ਕਿਨਾਰਾ ਵੇਲਾ ਕੀਤਾ ਸੀ ਕਿ ਖਿਆਲ ਹੁਸੈਨ ਦੀ ਜੰਗ ਪੜਾਂ ਟਾਈਮ ਹੀ ਨਹੀਂ ਹੁਸੈਨ ਜੰਗ ਲੜੀਏ ਮੈਂ ਕਿਵੇਂ ਆਖਾਂ ਇੱਕ ਜ਼ਾਲਮੀ ਉਹ ਜਿਹਾ ਵਾਰ ਕੀਤਾ ਹੈ ਹੁਸੈਨ ਨੇ ਘੋੜੇ ਨੂੰ ਛਿੱਕੀ ਦਿੱਤੀ ਹੈ ਖਿਆਮ ਵਾਲੇ ਪਾਸੇ ਉਸੇ ਲਈ ਹੁਣ ਘੋੜਾ ਨਾ ਹੀ ਹੁਣ ਬਣਿਆ ਜ਼ੁਲ ਜਨਾ ਕੁਝ ਤੀਰ ਇਸ ਪਾਸਿਓਂ ਕੁਝ ਤੀਰ ਇਸ ਪਾਸਿਓਂ ਕੁਝ ਤੀਰ ਇਸ ਪਾਸਿਓਂ 80 ਬੰਦੇ ਹੁਸੈਨ ਦੇ ਜ਼ੁਲ ਜਨਾ ਨੇ ਆਪਣੀਆਂ ਟਾਪਾਂ ਦੇ ਨਾਲ ਮੌਲਾ ਦੇ ਦੁਸ਼ਮਣਾਂ ਨੂੰ ਮਾਰਿਆ ਹੈ ਕਤਲ ਕੀਤਾ ਹੈ ਰੋਵਣ ਵਾਲਿਆ ਇੱਕ ਜ਼ਾਲਮ ਹੀ ਉਹ ਜਿਹਾ ਵਾਰ ਕੀਤਾ ਹੈ ਹੁਸੈਨ ਦੇ ਕੋਲੋਂ ਜ਼ੁਲ ਜਨਾ ਦੀ ਜ਼ੀਨ ਢਲ ਪਈ ਹੈ ਜਿਹੜੇ ਵੇਲੇ ਅਗਲੇ ਕਦਮ 'ਤੇ ਘੋੜੇ ਨੇ ਡਿੱਠਾ ਹੈ ਜ਼ੁਲ ਜਨਾ ਨੇ ਮੇਰੇ ਤੂੰ ਮੇਰਾ ਸਵਾਰ ਲਹਿ ਗਿਆ ਵਾਪਸ ਉੱਥਾਂ ਹੀ ਆਇਆ ਆ ਕੇ ਆਦਾ ਮੇਰੀ ਗਲਤੀ ਨਾਲ ਲੱਥਾਂ ਹੈ ਉਹਦੀ ਰਫਤਾਰ ਇਤਨੀ ਤੇਜ਼ ਹਾਈ ਜ਼ੁਲ ਜਨਾ ਨੂੰ ਪਤਾ ਤਾਂ ਪਹਿਲੇ ਕਦਮ 'ਤੇ ਲੱਗ ਗਿਆ ਹੀ ਆਦਾ ਨਾ ਤੇਰੀ ਗਲਤੀ ਹੈ ਨਾ ਮੇਰੀ ਜ਼ਾਲਿਮਾ ਵਾਰ ਹੀ ਉਹਦੇ ਆਖੀਤਾ ਆਜ਼ਾਦਾਰਾਂ ਆਓ ਜ਼ੁਲ ਜਨਾ ਆ ਗਿਆ ਜਿਹੜੇ ਲਈ ਜ਼ੁਲ ਜਨਾ ਆਇਆ ਹੈ ਬੀਬੀ ਦੇ ਖੈਮੇ 'ਤੇ ਆ ਕੇ ਹਿਣਕ ਦਿੱਤੀ ਹੈ 5 ਸਾਲਾਂ ਦੀ ਧੀ ਸਾਹਮਣੇ ਆਈ ਹੈ ਆਦੀ ਹੈ ਮੇਰਾ ਬਾਬਾ ਕਿੱਥ ਲਹਾਇਆ ਹੀ ਉਦੂ ਫੇਣ ਪਈ ਆਦੀ ਹੈ ਜ਼ੁਲ ਜਨਾ ਮੇਰਾ ਹੁਸੈਨ ਕਿੱਥੇ ਆਖਿਆ
ਆਇਆ ਸੀ ਮੇਰੇ ਤੂੰ ਲਹਿ ਗਿਆ ਹੈ ਜ਼ਮੀਨ ਤੂੰ ਪੁੱਛ ਬੈਣ ਤੇ ਦੀ ਜ਼ਮੀਨ ਤੂੰ ਪੁੱਛਦੀ ਹੈ ਆਦੀਆਂ 53 ਮਿੰਟ ਹੋ ਗਏ ਮੇਰੇ ਤੇ ਨਹੀਂ ਆਇਆ 53 ਮਿੰਟ ਰਹੇ ਸ਼ਬੀਰ ਨਾ ਜ਼ੀਨ ਤੇ ਹਾਈ ਨਾ ਜ਼ਮੀਨ ਤੇ ਹਾਈ ਉਸੇ ਲਈ ਨੋ ਕੇ ਨੇਜ਼ਾ ਤੇ ਇਹੋ ਕੁਝ ਬੀਬੀਆਂ ਆਖਿਆ ਵਾਹ ਹੁਸੈਨਾ ਹਾਏ ਹੁਸੈਨ ਯਾ ਹੁਸੈਨ ਮਾਤਮ ਹੁਸੈਨ।